ਸ਼ਾਮ ਸ਼ਾਹ ਜੀ, ਵੱਡੇ ਸ਼ਾਹ ਜੀ ਹੋਰਾਂ ਨੇ ਤੁਹਾਡੀ ਰਿਹਾਈ ਦੀ ਖਬਰ ਕਿਸੇ ਨੂੰ ਨਹੀਂ ਦਿੱਤੀ। ਉਹ ਤੁਹਾਡਾ ਘਰ ਹੀ ਇੰਤਜ਼ਾਰ ਕਰ ਰਹੇ ਨੇ। ਬਿਸਮਿਲਾ ਕਰਾਂ, ਬਿਸਮਿਲਾ ਕਰਾਂ, ਮੇਰਾ ਪੀਰ ਘਰ ਆਇਆ। ਪਰ ਜੇਲ ਕੱਟ ਕੇ ਆਇਆ, ਪਰ ਮੇਰੀ ਬੀਵੀ ਦੀ ਅੱਖ ਅੱਖਰਾ ਤੇ ਹੰਗੂਰੇ ਵਿਛੋੜਿਆਂ ਦੇ ਪਾਰ ਨਾਲ ਹਾਲੇ ਵੀ ਨਹੀਂ ਚੁੱਕੇ। ਵਿਛੋੜਿਆਂ ਦਾ ਪਾਰ ਤੇ ਦਿਲਾਂ ਉੱਤੇ ਹੁੰਦਾ ਸ਼ਾਹ ਜੀ, ਤੁਹਾਨੂੰ ਇੰਨਾ ਵੀ ਨਹੀਂ ਪਤਾ। ਮੈਂ ਤਾਂ ਸਿਰਫ ਇੰਨਾ ਜਾਣਨਾ ਵਛਾਣੀਏ ਕਿ ਸਾਡੀ ਬੁੱਢੀ ਨੇ ਸਾਡੇ ਨਾਲ ਕਦੀ ਦਿਲ ਵਟਾਇਆ ਹੀ ਨਹੀਂ, ਨਾ ਜੇਲ ਜਾਣ ਤੋਂ ਪਹਿਲਾਂ, ਨਾ ਜੇਲ ਜਾਣ ਤੋਂ ਬਾਅਦ, ਨਾ ਹੀ ਜੇਲੋਂ ਮੁੜ ਕੇ ਵਾਪਸ ਆਉਣ ਤੋਂ ਬਾਅਦ। ਨਹੀਂ ਤਾਂ ਤੈਨੂੰ ਕੁਛ ਤੇ ਖੁਸ਼ੀ ਹੋਈ ਹੁੰਦੀ ਸਾਡੇ ਘਰਾਂ ਦੀ। ਖੁਸ਼ੀ ਮੀਆਂ ਦੇ ਘਰ ਮੁੜਨ ਦੀ ਮਨਾਵਾਂ ਜਾਂ ਭਰਾ ਦੇ ਕਤਲ ਦੇ ਮੁੜਨ ਦੀ ਮਨਾਵਾਂ? ਮੈਂ ਤੇਰੇ ਭਰਾ ਦੇ ਕਤਲ ਦੀ ਸਜ਼ਾ ਕੱਟਾਂ ਛਾਣੀਏ, ਪਰ ਮੇਰੇ ਭਰਾ ਦੀ ਕਬਰ ਵਰਿਆਂ ਬਾਅਦ ਵੀ ਉਸੇ ਕਬਰਿਸਤਾਨ ਵਿੱਚ ਤੇ ਮੇਰੀ ਬੁੱਢੀ ਮਾਂ ਦੀ ਅੱਖਾਂ 'ਚ ਅੱਥਰੂ ਅੱਜ ਵੀ ਉਸੇ ਤਰ੍ਹਾਂ ਹੀ ਨੇ। ਮੈਂ ਤਾਂ ਕਿਹਾ ਸੀ ਮੈਨੂੰ ਮਾਰ ਦਿਓ, ਚਾਚੇ ਦਾ ਪੁੱਤਰ ਮੈਂ ਮਾਰਿਆ ਹੈ, ਜਾ ਆਪਣੇ ਭਰਾਵਾਂ ਨੂੰ ਆਖ ਤਾਏ ਦਾ ਪੁੱਤਰ ਉਹ ਮਾਰ ਦੇਣ, ਜਾ ਮੇਰਾ ਸਿਰ ਨਖਾ ਜਾ। ਓ ਜਿੱਲੇ ਸਲਾਮ ਸ਼ਾਜੀ, ਓ ਜਿੱਲੇ ਮੇਰੇ ਪੁੱਤਰ, ਜਿੱਲੇ ਆਓ ਸ਼ਾਜੀ, ਪੁੱਤਰ ਨਹੀਂ ਬੈਠੋ। ਓ ਇਹਨਾਂ ਨੇ ਕੀ ਸੁਣਨਾ ਹੈ? ਓ ਤੂੰ 7 ਵਰੇ ਜੇਲ ਹੀ ਸਜ਼ਾ ਕੱਟੀ ਹੈ ਤਾਂ ਮੈਂ 7 ਵਰੇ ਜੇਲੋਂ ਬਾਹਰ ਸਜ਼ਾ ਕੱਟੀ ਹੈ। ਹੁਣ ਮੈਂ ਸਜ਼ਾਵਾਂ ਮੁਕਾਉਣਾ ਚਾਹੁੰਦਾ ਵਾਂ, ਨਾ ਤਮਾਸ਼ਾ ਬਣਨਾ ਹੈ ਨਾ ਤਮਾਸ਼ਾ ਬਣਾਉਣਾ ਹੈ। ਜਾ ਤੂੰ ਅੰਦਰ ਜਾ, ਜਾ ਤਿਆਰੋ, ਜਾ ਅੰਦਰ ਜਾ। ਓ ਕੁੜੀਏ ਆ ਲੈ ਜਾ ਇਹਨੂੰ। ਰਹਿਣ ਦਿਓ ਸ਼ਾਜੀ, ਮੈਨੂੰ ਆਪਣੇ ਕਮਰੇ ਦਾ ਰਾਹ ਆਉਂਦਾ ਹੈ। ਜਾ ਜਾ ਜਾ। ਕਿਸ ਜੇਲ ਚ ਵਾਪਸ ਆ ਗਿਆ ਮੈਂ? ਮੈਨੂੰ ਅੱਜ ਵੀ ਯਾਦ ਹੈ ਸ਼ਾਹ ਸਾਹਿਬ, ਜਦੋਂ ਮੈਨੂੰ ਤੁਹਾਡੇ ਲਈ ਮੰਗਿਆ ਗਿਆ, ਤੁਸੀਂ ਬਹੁਤ ਸ਼ੋਰ ਮਚਾਇਆ ਕਿ ਜ਼ੋਰਾ ਮੇਰੀ ਪਸੰਦ ਨਹੀਂ। ਇਹ ਤੀਰ ਐਸਾ ਵਜਿਆ ਮੇਰੇ ਦਿਲ ਵਿੱਚ ਕਿ ਮੈਂ ਤੁਹਾਡੀ ਬੀਵੀ ਬਣ ਕੇ ਤੁਹਾਨੂੰ ਵਿਆਹ ਨਾ ਕਰ ਸਕੀ। ਬਸ ਇਹੀ ਸੋਚਦੀ ਰਹੀ, ਮੈਂ ਤਾਂ ਜ਼ਿਲੇਸ਼ਾ ਦੀ ਪਸੰਦ ਨਹੀਂ, ਪਰ ਜ਼ਿਲੇਸ਼ਾ ਮੇਰੇ ਮਾਂ ਪਿਓ ਦੀ ਪਸੰਦ ਹੈ। ਸਾਡੀ ਸ਼ਾਦੀ ਇੱਕ ਬੇਜੋੜ ਸ਼ਾਦੀ ਹੈ ਜਿਹੜੀ ਕਦੀ ਨਹੀਂ ਨਿਭ ਸਕਦੀ, ਪਰ ਮੈਂ ਨਿਭਾਈ, ਹੁਣ ਤੱਕ ਨਿਭਾਈ। ਕੋਈ ਨਹੀਂ ਜਾਣਦਾ ਅਸੀਂ ਇਹਨਾਂ ਨੇੜੇ ਹੋ ਕੇ ਵੀ ਕਿੰਨੇ ਦੂਰ ਹਾਂ। ਕੁਝ ਬਦਨਸੀਬ ਹੁੰਦੇ ਨੇ ਜਿਨ੍ਹਾਂ ਨੂੰ ਆਪਣੇ ਮਾਂ ਪਿਓ ਦੀ ਖੁਸ਼ੀਆਂ ਲਈ
ਉਹਨਾਂ ਦੀ ਇੱਜ਼ਤ ਤੇ ਜ਼ਿੱਦ ਲਈ ਆਪਣੀ ਜ਼ਿੰਦਗੀ 'ਚ ਜ਼ਹਿਰ ਭਰਨਾ ਪੈਂਦਾ ਹੈ। ਉਹ ਜ਼ਹਿਰ ਤੁਹਾਡੀ ਜ਼ਿੰਦਗੀ 'ਚ ਵੀ ਹੈ ਸ਼ਾਹ ਜੀ, ਅਤੇ ਮੇਰੀ ਜ਼ਿੰਦਗੀ 'ਚ ਵੀ। ਜੇ ਇਹਨਾਂ 'ਤੇ ਅਸੀਂ ਇਕੱਠੇ ਆਈਏ ਪਰ ਜ਼ਹਿਰ ਪੀ ਪੀ ਕੇ السلام علیکم وعلیکم السلام ਤੂੰ ਮੇਰਾ ਛੋਟਾ ਭਰਾ ਹੈ ਮਹਿਬੂਬ ਸ਼ਾਹ ਤੈਨੂੰ ਆਪਣੇ ਬਜ਼ੁਰਗਾਂ ਦੇ ਦਰਬਾਰ 'ਤੇ ਬੁਲਾ ਕੇ ਸਿਰਫ ਇੰਨਾ ਕਹਿਣਾ ਚਾਹੁੰਦਾ ਜ਼ਮੀਨ ਦੇ ਛੋਟੇ ਜਿਹੇ ਟੋਟੇ ਤੋਂ ਵੱਡੀ ਸਾਰੀ ਲੜਾਈ ਦਾ ਮੁੱਲ ਤੇਰੇ ਪੁੱਤਰ ਦੀ ਜ਼ਿੰਦਗੀ ਪਿਆ ਅਤੇ ਮੇਰੇ ਪੁੱਤਰ ਦੇ ਹਿੱਸੇ 'ਚ ਜੇਲ੍ਹ ਦੇ ਹਨੇਰੇ ਆਏ। ਜ਼ਿੱਲੇ ਸ਼ਾਹ ਆਪਣੇ ਚਾਚੇ ਦੇ ਪੁੱਤਰ ਨੂੰ ਮਾਰਨ ਦੀ ਸਜ਼ਾ ਜੇਲ੍ਹ 'ਚ ਕੱਟ ਆਇਆ ਹੈ, ਪਰ ਤੇਰੇ ਕੋਲੋਂ ਮਾਫ਼ੀ ਮੰਗਣਾ ਬਾਕੀ ਹੈ। ਤੂੰ ਇਹਨੂੰ ਮਾਫ਼ ਕਰ ਦੇ ਯਾਰ, ਜਿਸ ਜ਼ਮੀਨ ਦੀ ਵਜ੍ਹਾ ਨਾਲ ਇਹ ਲੜਾਈ ਹੋਈ ਹੈ ਉਹ ਜ਼ਮੀਨ 'ਤੇ 20 ਕਿੱਲੇ ਹੋਰ ਮੈਂ ਕਤਲ ਹੋਣ ਵਾਲੀ ਦੀ ਬੇਵਾ ਦੇ ਨਾਲ ਕਰ ਦੇਣਾ। ਓਏ ਆ ਤੂੰ ਕਿੱਥੇ ਤੁਰ ਪਿਆ ਓਏ? ਜੇ ਜ਼ਿੰਦਗੀ ਦੀ ਕੀਮਤ 20 ਕਿੱਲੇ ਜ਼ਮੀਨ ਹੈ ਤਾਂ ਮੇਰੇ ਹਿੱਸੇ ਦੀ ਸਾਰੀ ਜ਼ਮੀਨ ਇਹਨਾਂ ਨੂੰ ਦੇ ਦਿਓ ਸ਼ਾਹ ਜੀ। ਮੈਂ ਜ਼ਿੱਲੇ ਸ਼ਾਹ ਨੂੰ ਮਾਰਨ ਤੋਂ ਪਹਿਲੇ ਹੀ ਇਹਦੀ ਜ਼ਿੰਦਗੀ ਦੀ ਕੀਮਤ ਦੇਣਾ। ਤੇਰੀ ਬਰਦਾਸ਼ਤ ਮੇਰੇ ਖੂਨ ਦਾ ਇਮਤਿਹਾਨ ਹੈ। ਜੋ ਕਹਿੰਦੇ ਨੇ ਸੁਣਦਾ ਜਾ ਤੇ ਬੰਦਾ ਜਾ। ਚੱਲ ਉੱਠ। ਸਲਾਮ ਚਾਚੀ। ਵੇ ਚਾਚੀ ਦੇ ਕਲੇਜੇ ਨੂੰ ਵੱਢਣ ਵਾਲਿਆ ਕਾਤਲਾ, ਕਿਉਂ ਆਇਆ ਸਾਡੇ ਘਰ ਤੇ ਕੀ ਬਣ ਕੇ ਆਇਆ? ਜਵਾਈ ਬਣ ਕੇ ਆਇਆ। ਇਨਕਾਰ ਕਰੇਂਗੇ ਇਸ ਰਿਸ਼ਤੇ ਤੋਂ? ਜੋ ਹੋ ਗਿਆ ਦਰਬਾਰੇ ਬਹਿ ਕੇ ਉਹਨੂੰ ਭੁੱਲਣ ਦੀਆਂ ਕਸਮਾਂ ਖਾਧੀਆਂ ਸੀ। ਵੇ ਕਸਮਾਂ ਤੇ ਮੇਰੇ ਦਿਓਰ ਦੀ ਲਾਸ਼ ਤੇ ਵੀ ਬੜੀਆਂ ਖਾਧੀਆਂ ਗਈਆਂ ਸਨ। ਇਹਨੂੰ ਮੁਕਾਨ ਦੀਆਂ ਤੇ ਤੁਸੀਂ ਇਹਨੂੰ ਲੈ ਕੇ ਇੱਥੇ ਆ ਗਏ? ਚੁੱਪ ਕਰ ਜਾ। ਜਿਹੜੀ ਅੱਗ ਅਸੀਂ ਬੁਝਾਉਣ ਡਏ ਹਾਂ ਉਹਨੂੰ ਫੂਕਾਂ ਨਾ ਮਾਰ। ਰਜਾਈ ਠੀਕ ਕਹਿੰਦੀ ਹੈ, ਅਸੀਂ ਜ਼ਮੀਨ ਦੇ ਬਦਲੇ ਭਰਾ ਦਾ ਖੂਨ ਵੇਚ ਦਿੱਤਾ ਹੈ। ਬੁੜੇ ਨੂੰ ਕਹੋ ਮੈਨੂੰ ਵੀ ਮਾਰ ਦੇਵੇ। ਮਾਰ ਮੈਨੂੰ, ਮਾਰ ਓਏ ਰਾਸ਼ਨਾ, ਓਏ ਮੈਨੂੰ ਵੀ ਗੋਲੀ ਮਾਰ। ਲੈ ਫੜ ਬੰਦੂ ਤੇ ਮੈਨੂੰ ਗੋਲੀ ਮਾਰ। ਓਏ ਓਏ ਹੋਸ਼ ਕਰ ਰੋਸ਼ਨਾ, ਨਹੀਂ ਤੇ ਮੈਂ ਤੇਰਾ ਮਾਰ ਦਿਆਂਗਾ। ਕਹਿੰਦਾ ਹੋਸ਼ ਕਰ ਪੁੱਤ। ਨਹੀਂ ਓਏ ਛੱਡ ਨੂੰ, ਓਏ ਛੱਡ, ਨਹੀਂ ਨਹੀਂ ਬੁੱਤਰ ਛੱਡ। ਓਏ ਇੱਕੋ ਗੱਲ ਹੈ ਜਿਹੜੀ ਬਾਰ ਬਾਰ ਕਹਿਣੀ ਹੈ ਤੇ ਸਮਝਣੀ ਹੈ। ਅਸੀਂ ਵਸਾਣੀ ਹੈ ਭੈਣ, ਭੈਣ ਵਸਾਣੀ ਹੈ। ਓਏ ਅਸੀਂ ਭਰਾ ਦਾ ਜ਼ਖਮ ਤੇ ਸਹਿ ਸਕਨੇ ਆ ਪਰ ਉਜੜੀ ਭੈਣ ਦੀ ਅੱਖ ਦਾ ਅੱਥਰੂ ਨਹੀਂ ਦੇਖ ਸਕਦੇ। ਓਏ ਚੱਲ ਅੰਦਰ, ਓਏ ਮੈਂ ਕਹਿੰਦਾ ਚੱਲ ਅੰਦਰ, ਓਏ ਚੱਲ ਅੰਦਰ। ਭੈਣ ਦੇ ਸਦਕੇ ਤੈਨੂੰ ਮਾਫ਼ ਕੀਤਾ ਬਣਵਈਆ ਸਾਹਿਬ, ਨਹੀਂ ਤੇ ਇਸੇ ਥਾਂ ਤੇ ਮੈਂ ਤੇਰੀ ਕਬਰ ਬਣਾਉਣੀ ਸੀ। ਭਾਈ ਜਾਨ ਮਾਫ਼ ਕਰਨਾ, ਅੰਦਰੋਂ ਮੈਂ ਤੁਹਾਡੇ ਨਾਲ ਹਾਂ, ਜਿਵੇਂ ਆਖੋਗੇ ਕਰ ਲਾਂ। ਅੱਛਾ ਚਾਚੀ ਸਲਾਮ ਜਾਜਾ।
जखम कर जब जबर ओ मैनू भी तो कोई पत दो ओए तू कत्ल दी सजा ते कट लईए पर ओना तेनू माफ नहीं करना रोशन शाह तेरे पीछे वे ओए ओए पता है मैनू पता है पर अपने प्यू दा की करा की करा अपने प्यू दा जरा जरा अपना कला कला पुत्र बचाने लई ओए शरीका नाल पता नहीं केड़े केड़े समझौते करी जांदा है ओए ओए ओना शरीका दी ते ओए ओना शरीका दी ते पैण दी ओ जलेशा नहीं आ ओ जलेशा ओए तू बहुती पी लेती है ते रात भी बहुती हो गई चल यारा मैं तेनू छड्डा उठ ओए मैं कल्या ही जाना है ओए पागला तेरी जान नु खतरा है ओए तेरी जान नु खतरा है चल यार ओए बलिया खतरा खतरा मेरी मौत का दिन ही टाल सकता ओए उंज दी बड़ा ही चेर हो गया पिंड दी कलियां च सीना कट के फिरिया सानू जत ही खैरन जे दुध पांडा ओ सो पिछली ओ सो भी सोनी सारी रात नोट लगते रे पिछो हजार दा नोट गैब दिखते दिखते नहीं यह मेरे को लिए चल फिर दफा कर वे की होया जी हाय हाय बीबी होना की है अगे ते रस्ते च लाश पई है ठीकी लाश है पर हिलन डई है बीबी जी बकवास बंद करो जाके देखो कौन है ओ भाई ओ राज पे उठ के खलो ओए हेलो कौन है ओ तू भाई ओ मियां बड़ा खेलर के लम्मे पे हैं पासे हट असी टांगे लगाउने ने तो कौन है तू मैं पाक जा मेरे मौला पंतन पाक कैसे सैयद बादशाह मलाए जे शाही ताली गद्दी के लिए ओए होय ओए साडी गद्दी ए गद्दी साडी ओए शाहजी ने पीती जे पीती ओए शाहजी गाउंदे भी जे ओए कदे अपना खून ते नहीं बीबी जी शाहजी ने ਪੀਤੀ ਜੇ ਬਕਵਾਸ ਬੰਦ ਕਰ ਉਹਨਾਂ ਨੇ ਜੋ ਵੀ ਕੀਤਾ ਅਸੀਂ ਉਹਨਾਂ ਦੇ ਮੰਨਣ ਵਾਲੇ ਆ ਤੇ ਅਸੀਂ ਸ਼ਾਹਾਂ ਦੇ ਮੰਨਣ ਵਾਲੇ ਆ ਮੈਂ ਕਿਹਾ ਮੌਲਾ ਰਾਜ਼ੀ ਰੱਖੇ ਸਾਡਾ ਪੀਰ ਖਾਨਾ ਕਿੱਥੇ ਵੇ ਆਓ ਸ਼ਾਹ ਜੀ ਤੁਹਾਨੂੰ ਤੁਹਾਡੇ ਘਰ ਛੱਡ ਆਈਏ ਹਾਂ ਇਹ ਵੀ ਸਾਡਾ ਘਰ ਹੈ ਇੱਥੇ ਅਸੀਂ ਰਹਿੰਦੇ ਆ ਘਰ ਜਾਣਾ ਨਹੀਂ ਰਸਤਾ ਹੀ ਕਰੇ ਬੀਬੀ ਜੀ ਸ਼ਾਹ ਜੀ ਦੀ ਆਲ ਫੋਲ ਹੋਏ ਨੇ ਰਾਨੂ ਕੁੱਤੇ ਡਾਕੂ ਬੇਰੀਏ ਫਿਰਦੇ ਨੇ ਇਹਨਾਂ ਨੂੰ ਫੀਤੀ ਫੀਤੀ ਕਰਦੇ ਕੀ ਕਰੀਏ ਇਹਨਾਂ ਦਾ ਘਰ ਲੈ ਚਲੋ ਸਹੀ ਜਾਤ ਨੇ ਤੇ ਅਸੀਂ ਇਹਨਾਂ ਦੇ ਗੁਲਾਮ ਹਾਂ ਅੱਛਾ ਬੀਬੀ ਜੀ Yeah.
सलाम है। वालेकुम अस्सलाम। कौन है तुम? तारी ना है जी मेरा जाती मरासना। मेले ठेलियां च मेरा अपना थिएटर लगता है जिदे च मैं गाउनी हाँ। चन्ना सोना तू गानी है उन्नी सोनी तू आप भी है। बस शाह जी बस इस तो अगे ना बदमा तारी नू अपनी तरीफ पसंद नहीं तुसी अपनी तरीफ दसो तुसी कितों दे शाह हो। कितों दा की मतलब है? ऐ साड़ा जद्दी पिंड है। मैं इतों दे वड्डे पीर मोहम्मद शाह दा पुत्तर हां। पर सरकार पहले तो कदे नहीं तुहानू ऐसे देखिया। मैं कल परसों ही वापस आया जेलों। थोड़ी बड़ी मेहरबानी जरा तुसी राती मैनू चुक के ले आए हो नहीं ते पिंड च भी तमाशा बन जाना सी मेरा। मेहरबानी मेहरबानी कादी शाह जी ऐसे बाने असी अपने पीर दी थोड़ी जी सेवा कर लवांगे। हवेली बहुत सोहनी है। एक अच्छी हवेली मेरा ख्वाब सी शाह जी बस जरा पिंडो बाहर है। मेहरबानी कोड़े दे जरा जल्दी करी जल्दी जल्दी करी ऐले फट 10 रुपए चल तू हो ले ले मैं तेनू नहीं देने मैं तो कह रहा मैं नहीं देने खाने ने मैं चल सलाम शाह जी। की हाल है? चंगा हाल है शाह जी। ए शुक्र करो कि बाल बाल बच गए हो। गुस्सा तो मैंने बड़ा आया सी। ए तुहाडी जगह कोई और हुंदा तो मैं गिच्ची नप के मार देना सी। पर तुहानू वेख के ते असी आप ही मर गए हां। मरन तुहाडे दुश्मन शाह जी। माफी चाह दियो शाह जी। एडे सोहणे हाथ जोड़ के हत्थां दी तोहीन ना कर। सलाम शाह जी। जिउंदी रहो जिउंदी रहो। असी माफी देण तुहाडे घर आप आ जावांगे। चला सुरीली। सलाम है शाह जी। सलाम। गल सुन। जी सरकार। बढ़िया तो माने आजकल तेरे गाने दिया सब तेरी जुतियां दी तफैल है। कदी सानू भी अपना गाना सुना। कदी भी आजो साड़े थिएटर ते जम जम सुनो। असी कल्ले सुनना है जी। कदों आवां तेरे वल?
अपने मनन वालिया नू दाना च नहीं पैता शाह जी। घर साढ़े जम जम आओ खातर खिदमत करांगे, पर गाउना मैं हमेशा थिएटर च ही गाउनी हाँ। सलाम है। सलाम। अदा भी करी जाती है, अखे चक नहीं पाती। जिस दिन सैयद की अखे चक उस पा ली किसी जोगी रहेगी भी नहीं। घर मैं इंज लगा जिम्मे उस कच्चे घर च मेरे दिल दियां सदरां दा महल होवे। ओए केड़ियां सदरां तेरे दिल दियां? मेरा दिल चाहता सी कि कोई ऐसा मिले जड़ा मेरे नाल बह के मिठिया मिठिया गल्ला करे, जिदियां अखां दे समुंदर च डुब जान नूं दिल करे, जिदियां बोलियां गुलाब दियां पत्तियां वांग होण, जिदा मत्था चन वर्गा, जिदा जिदा लख कमान वर्गा डोर हिरनी वांग।
शाह जी आए ने। सिल्ले शाह जी ओ किवें आ गए ने अद्धी रात नूं? तैनू पता होवे उत्थे भी तैनू ही वेखी जा रहे सन। तेरी खैर नहीं नी बहचा नहीं, पीर सच्चा होवे ते जिथे उन्हां दे पैर उत्थे सब दी खैर। तू जा उन्हां नूं बिठा ते पुछ की खाणगे, मैं हुणे आई जा। शाजी शाजी सानू हुक्म होया की खाओ पियोगे? जो सी पीने अपने नाल रखने, चल बना एक सड़ले ते बाकी अपने लिए। माफ करना शाजी, ऐस कारज कदी किसी ने शराब नहीं पीती। केड़ी मसीत है जे जे असी अपने घर पी सकने, इस घर भी पी सकने। चलो बे बना के ले आओ जो शाजी और कहते हैं, तू भी चल सुरीली। हुकम सरकार किवें आए हो? पहला तो तेरा एक बारी फिर शुक्रिया कि तू साडी इज्जत बचाई। जे जे सवेर गली रूड़ी ते होंदी ते बदनाम हो जाता सिल्ले शाह। दूजी गल, जदों का तेनू वेख के गए हाँ उदों का तेनू भुले नहीं है ना, तेनू भुले नहीं। ते तीजी गल, तू सारे मर्दां नू कच्चा करा कह रही सी। सारे मर्द कच्चे कड़े नहीं होंदे, कुछ पक्के भी होंदे ने। परख लै परख लै। असी ते गाना गाया सी सरकार, सानू किसे नू की परखना। असी ते बस तुहाडे पैरां च बहण वाले लोग हां, तुहाडी किसी गल तो इनकार नहीं कर सकते। पर इन्ना जरूर कहांगी इत्थे बह के पीना तुहाडी शान नहीं। ते दूजे लफ्जां च तू सानू यह कहना चाह रही है कि असी इत्थों असी इत्थों चले जाइए? तौबा जी, मैं जानती नहीं, पीन की गल कीती है ना? ते कीती है ना, एक बारी नहीं दूजी बारी। शाह जी दूजी बारी ठीक है, ठीक है, असी ते तेरे कोल आए सां कि तेरे कोल बह के कुछ देर दिल दियां गल्लां करांगे, पर तू सानू दिल दे बूहे खोलन नहीं दित्ते। गल्लां शुरू होने तो पहले ही मुका दित्तियां ने, गल्लां मुका दित्तियां ने, मुका दित्तियां ने। शाह जी मुका दित्तियां ने गल्लां, मुका दित्तियां ने। या अल्लाह जी दे दो च बरकत पा। हाय आ बशीरा बीबी, आ तू क्यों नहीं मिलदी है? आ तेनू चाचे संडे दा वास्ता मिल जान। ओए ने नहीं, ओ मिलना महीना तेरा पिओ नहीं तेरी मां नु मिले, इन्हें कित्थों मिलना? मार भी फटे मुख तेरा। ओए जरूर मिलेगी, उल्टा पौड़िया जाके ठेका ला, ए जरूर मिलेगी। मार भी है बहना बहना गुया मागा गुया मागा दह सानी दापा मांगा मिल जा मेरे कर दिए हीरे मिल जा।
मिल जा मेरा माँ मिल जा गया माँ मिल जाया मामा 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 मिल जा मिल बैग दिए हीरे मिल जा दूरा माओ गया ना गोमा मैं क्या जनाब सोची पिया ते बंदा गया किथे सोच रही हैं सुरीली किधरे राती जिले शाह और शान गुस्ताखी तो नहीं होगी मेरे को बड़े गुस्से च गए सन गुस्से च नहीं परेशानी च गए ने ते मैं क्या ओ ते आए सन जनाब दे दिल च बैठ आस्ते पर जनाब ने नहीं ओ किथे ते असी किथे वाह जिले शाह वाह घोड़े दी सवारी तेरा शौक ही नहीं तेरे दुखां दा मरम भी है जो होया उस गुस्ताखी दी माफी चाहनी आ मेरे वल वेख तेरे दिल को चंगी है तेरी अखा ने तारी जिन्हें दिया नजर तेरे दिल वांगो कोरिया नहीं इस पैड़े दिल की सजा दसो शाह जी असी उन्हें सीने चो कट के थोड़े सामने चीर दे हुक्म दिल चीरन का नहीं तारी दिल च बैठता है हुक्म सिर मत्थे ते तुसी पीर बन के इस दिल च जम जम बैठो असा पीर बन के नहीं दिलगीर बन के तेरे दिल च रहना है दिलगीर बन के रब दा वास्ता जी शाह जी गुनाहगार ना करो असी खाक तुसी पाक मैं नहीं मनता
ਕੋਈ ਪਾਕ ਨਹੀਂ, ਕੋਈ ਖਾਕ ਨਹੀਂ। ਪਰ ਅਸੀਂ ਲੋਕ ਤੇ ਮੰਨਨੇ ਆ ਸ਼ਾਹ ਜੀ ਕਿ ਖਾਕ ਦੀ ਕਿਸਮਤ ਪੈਰਾਂ ਥੱਲੇ ਹੁੰਦੀ ਹੈ, ਜੇ ਉੱਡ ਕੇ ਸਿਰ ਤੱਕ ਆ ਜਾਏ ਤੇ ਬਦਨਾਮੀ ਬਣ ਜਾਂਦੀ ਹੈ। ਇਸ ਖਾਕ ਨੂੰ ਆਪਣੇ ਪੈਰਾਂ ਥੱਲੇ ਰਹਿਣ ਦਿਓ। ਸਲਾਮ ਹੈ। ਸ਼ਾਹ ਤੇ ਮਰਾਸਨ ਦੀਆਂ ਮੁਲਾਕਾਤਾਂ ਦਾ ਰੌਲਾ ਪੂਰੇ ਪਿੰਡ ਵਿੱਚ ਹੈ। ਦਰਅਸਲ ਜ਼ਿਲ੍ਹੇ ਸ਼ਾਹ ਦੀਆਂ ਰਾਤਾਂ ਮਰਾਸਨ ਦੇ ਘਰ ਤੇ ਦੁਪਹਿਰਾਂ ਪੀ ਕੇ ਦਰਿਆ ਦੇ ਕੰਢੇ ਤੇ ਗੁਜ਼ਰਦੀਆਂ ਨੇ। ਤੇ ਤੂੰ ਕਹਿੰਦੀ ਹੈ ਤੈਨੂੰ ਪਤਾ ਹੀ ਕੁਝ ਨਹੀਂ। ਮੈਨੂੰ ਪਤਾ ਰੱਖਣ ਦੀ ਕੋਈ ਲੋੜ ਵੀ ਨਹੀਂ ਭਾਬੀ, ਮੈਂ ਆਪਣੇ ਮਾਂ ਪਿਓ ਦੀ ਇੱਜ਼ਤ ਲਈ ਉਸ ਘਰ ਵਿੱਚ ਰਹਿ ਰਹੀ ਹਾਂ। ਮੇਰਾ ਉਹਦੇ ਨਾਲ ਮੀਆਂ ਬੀਵੀ ਵਾਲਾ ਕੋਈ ਰਿਸ਼ਤਾ ਨਹੀਂ, ਇਸ ਲਈ ਮੈਨੂੰ ਕੋਈ ਪਰਵਾਹ ਵੀ ਨਹੀਂ। ਪਰਵਾਹ ਕਿਉਂ ਨਹੀਂ, ਸਾਡੇ ਘਰ ਦਾ ਸੁੱਖ ਚੈਨ ਖੋਣ ਵਾਲੇ ਨੂੰ ਕਿਧਰੇ ਵੀ ਸੁੱਖ ਦਾ ਸਾਹ ਨਹੀਂ ਮਿਲਣਾ ਚਾਹੀਦਾ। ਠੀਕ ਹੈ, ਪਹਿਲੇ ਮੈਂ ਉਸ ਮਰਾਸਨ ਨਾਲ ਗੱਲ ਕਰ ਲਵਾਂ। ਮੈਂ ਆਵਾਂ? ਆ ਜਾ ਆ ਜਾ, ਆ ਬਹਿ ਜਾ। ਕਿਵੇਂ ਆਈ ਏ? ਤਾਰੀ ਨੂੰ ਸ਼ਾਨੀ ਹੋਰਾ ਬੁਲਾਇਆ ਏ? ਕਿਹੜੀ ਸ਼ਾਨੀ ਹੋਰਾ? ਜ਼ਿਲ੍ਹੇ ਸ਼ਾਹ ਜੀ ਦੀ ਬੇਗਮ ਨੇ। ਜ਼ਿਲ੍ਹੇ ਸ਼ਾਹ ਦੀ ਬੇਗਮ? ਉਹ ਕੌਣ ਨੇ? ਸ਼ਾਨੀ ਜ਼ੋਰਾ, ਤੈਨੂੰ ਨਹੀਂ ਪਤਾ? ਨਹੀਂ, ਹੁਣੇ ਤੇਰੇ ਕੋਲੋਂ ਪਤਾ ਲੱਗਿਆ ਕਿ ਸ਼ਾਹ ਜੀ ਦੀ ਕੋਈ ਬੇਗਮ ਸਾਹਿਬਾ ਵੀ ਨੇ। ਠੀਕ ਹੈ, ਤੂੰ ਚੱਲ, ਮੈਂ ਆਉਂਦੀ ਹਾਂ। ਤਾਰੀ, ਮੈਂ ਵੀ ਤੇਰੇ ਨਾਲ ਚੱਲਾਂ, ਮੈਂ ਵੀ ਵੇਖ ਲਾਂਗੀ ਤੇਰੇ ਪਿੰਡ ਦੇ ਸ਼ਾਣਿਆਂ ਦੀ ਹਵੇਲੀ। ਇਹਨਾਂ ਨੂੰ ਅੰਦਰ ਲੈ ਜਾਓ। ਸਲਾਮ ਹੈ ਸ਼ਿਆਨੀ ਜੀ। ਸਲਾਮ। ਅੱਜ ਕੱਲ੍ਹ ਬੜੇ ਚਰਚੇ ਨੇ ਤੇਰੇ ਪਿੰਡ ਵਿੱਚ। ਤੁਹਾਡੀ ਜੁੱਤੀਆਂ ਦਾ ਸਦਕਾ ਹੈ ਜੀ। ਮੇਰੇ ਸ਼ਾਹ ਨੂੰ ਵੇਖਿਆ ਤੂੰ? ਵੇਖਿਆ ਹੈ ਜੀ, ਸਖੀ ਵੀ ਨੇ ਤੇ ਸੋਹਣੇ ਵੀ ਨੇ। ਕਿਸੇ ਨੇ ਦੱਸ ਪਾਈ ਹੈ ਕਿ ਅੱਜ ਕੱਲ੍ਹ ਉਹ ਤੇਰੀਆਂ ਬੜੀਆਂ ਤਾਰੀਫਾਂ ਕਰ ਰਹੇ ਨੇ? ਮਿਹਰਬਾਨੀ ਹੈ ਜੀ ਉਹਨਾਂ ਦੀ, ਕਿੱਥੇ ਉਹਨਾਂ ਦੀ ਸ਼ਾਨ ਤੇ ਕਿੱਥੇ ਸਾਡੀ ਜ਼ਾਤ। ਸ਼ਾਨ ਵਾਲੇ ਜਦੋਂ ਕਿਸੇ ਕਮਜ਼ਾਦ ਦੀ ਤਾਰੀਫ ਕਰਨ ਲੱਗ ਪੈਣ ਤੇ ਲੋਕਾਂ ਦੀਆਂ ਜ਼ੁਬਾਨਾਂ ਲੰਮੀਆਂ ਤੇ ਸ਼ੱਕ ਦੇ ਘੇਰੇ ਵੱਧ ਜਾਂਦੇ ਨੇ, ਪਤਾ ਤੈਨੂੰ? ਮੈਨੂੰ ਤਾਂ ਇੰਨਾ ਪਤਾ ਹੈ ਸ਼ਾਨੀ ਜੀ, ਕੋਈ ਮੇਰੇ ਸਾਹਮਣੇ ਲੰਬੀ ਜ਼ਬਾਨ ਨਾਲ ਗੱਲ ਕਰੇ ਮੇਰੇ ਪੀਰ ਨੂੰ, ਮੈਂ ਉਹਦੀ ਜ਼ਬਾਨ ਵੜਦੀ ਹਾਂ ਛੁਰੀ ਨਾਲ, ਤੇ ਰਹਿ ਗਏ ਸ਼ੱਕ ਦੇ ਘੇਰੇ ਤੇ ਇਹਨਾਂ ਘੇਰਿਆਂ ਜਾ ਕੇ ਤੁਸੀਂ ਮੇਰੇ ਵੱਲੋਂ ਸ਼ੱਕੀ ਨਾ ਹੋਣਾ। ਬਸ ਨੀ ਬਸ, ਮੈਂ ਸ਼ੱਕੀ ਤੇਰੇ ਤੋਂ ਹੋਣਾ? ਤੂੰ ਕੀ, ਤੇਰੀ ਜ਼ਾਤ ਕੀ? ਕੋਈ ਮੇਰੇ ਤੋਂ ਸੋਹਣਾ ਹੋਵੇਗਾ, ਕੋਈ ਮੇਰੇ ਤੋਂ ਉੱਚਾ ਹੋਵੇਗਾ ਤੇ ਸ਼ਾਦੀ ਜ਼ਿੰਦਗੀ 'ਚ ਆਵੇਗਾ। ਜਦੋਂ ਸ਼ਾਦੀ ਜ਼ਿੰਦਗੀ 'ਚ ਆਵੇਗਾ ਤੇ ਮੈਂ ਸ਼ੱਕ ਨਹੀਂ ਯਕੀਨ ਸਮਝ ਕੇ ਉਹਦੀ ਹਸਤੀ ਮਿਟਾ ਦਿਆਂਗੀ, ਸਮਝੀਏ ਤੂੰ? ਬਿਲਕੁਲ ਸਮਝ ਗਈ ਹਾਂ ਜੀ, ਬੇਸ਼ੱਕ ਤੁਹਾਡੀ ਸ਼ਾਨ ਉੱਚੀ, ਤੁਹਾਡੀ ਜ਼ਾਤ ਵੱਡੀ, ਤੁਸੀਂ ਸੋਹਣੇ, ਤੁਸੀਂ ਪਾਕ। ਇਜਾਜ਼ਤ ਹੈ ਜੀ? ਆਈ ਤੇ ਕੁਝ ਸੁਣਾ ਕੇ ਜਾ,
ਜਾਂਦੀ ਵਾਰੀ ਸਾਡੇ ਵੱਲੋਂ 5 ਬੋਰੀਆਂ ਕਣਕ ਦੀਆਂ ਲੈਂਦੀ ਜਾਈ। ਜਿਵੇਂ ਤੁਹਾਡਾ ਹੁਕਮ ਹੈ ਜੀ। ਮਿੱਟੀ ਦੇ ਖਿਡੌਣੇ ਕਿਹੜੀ ਪਲ ਦੇ ਪਰੌਣੇ ਮਿੱਟੀ ਦੇ ਖਿਡੌਣੇ ਕਿਹੜੀ ਪਲ ਦੇ ਪਰੌਣੇ ਜਦੋਂ ਮਿੱਟੀ ਦੇ ਖਿਡੌਣੇ ਕਿਹੜੀ ਪਲ ਦੇ ਪਰੌਣੇ ਜਦੋਂ ਵਜਣਾ ਖੇਡਾ ਫਿਰ ਨਜ਼ਰ ਨਹੀਂ ਆਉਣੇ ਮਿੱਟੀ ਦੇ ਖਿਡੌਣੇ
ਦੇ ਪਰੌਣੇ ਮਿੱਟੀ ਦੇ ਖਿਡੌਣੇ ਕਿਹੜੀ ਪਲ ਦੇ ਪਰੌਣੇ ਸਾਡੇ ਵੱਲੋਂ ਰੱਖ ਲੈ ਤੁਸੀਂ ਜੋ ਕਿਹਾ ਸਿਰ ਮੱਥੇ ਤੇ ਪਰ ਤੁਸੀਂ ਜੋ ਸਮਝਿਆ ਉਹਦੇ ਪਾਰੋਂ ਮੈਂ ਇਹ ਕਹਾਂਗੀ ਕਿ ਮੈਂ ਮਰਾਸਨ ਹਾਂ ਕੰਜਰੀ ਨਹੀਂ ਇਸ ਤਰ੍ਹਾਂ ਰੁਪਏ ਕੰਜਰੀਆਂ ਲੈਂਦੀਆਂ ਨੇ ਸਾਡੇ ਵੱਲੋਂ ਇਹ ਰੁਪਏ ਤੁਹਾਨੂੰ ਨਜ਼ਰ ਹੈ ਸਾਡੇ ਲਈ ਤੁਹਾਡੀਆਂ ਕਣਕ ਦੀਆਂ ਪੰਜ ਬੋਰੀਆਂ ਦਾ ਤਬਰਕ ਹੀ ਕਾਫੀ ਹੈ ਸਲਾਮ ਹੈ ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਵਾਂ ਕਿ ਤੈਨੂੰ ਕਿਸੇ ਨੂੰ ਘਰ ਬੁਲਾ ਕੇ ਉਹਦੀ ਹੱਦ ਤੱਕ ਦਾ ਕੋਈ ਹੱਕ ਨਹੀਂ ਸੀ ਕੋਈ ਹੱਕ ਨਹੀਂ ਸੀ ਮੈਂ ਉਹਦੀ ਕੋਈ ਹੱਦ ਤੱਕ ਨਹੀਂ ਕੀਤੀ ਬਸ ਤੁਹਾਨੂੰ ਬੁਲਾ ਕੇ ਉਹਦੀ ਕਾਤ ਯਾਦ ਕਰਾਈਏ ਮੈਨੂੰ ਨਹੀਂ ਪਸੰਦ ਕਿ ਇੱਕ ਸਹੀ ਅਜ਼ਾਦੇ ਦਾ ਨਾ ਇੱਕ ਮਰਾਸਨ ਨਾ ਲਾਵੇ ਤੈਨੂੰ ਕਿਉਂ ਪਸੰਦ ਨਹੀਂ ਤੂੰ ਕੌਣ ਹੈ ਮੈਂ ਤੁਹਾਡੀ ਬੀਵੀ ਹਾਂ ਤੇ ਤੁਸੀਂ ਮੇਰੇ ਨਿਕਾਹ ਚੋ ਵਾਹ ਜ਼ੋਰਾ ਬੇਗਮ ਵਾਹ ਜਦੋਂ ਚਾਹਨੀ ਬੀਵੀ ਬਣ ਜਾਣੀ ਹੈ ਜਦੋਂ ਚਾਹਨੀ ਹੈ ਸ਼ਾਦੀ ਨੂੰ ਬੇਜੋੜ ਕਹਿ ਕੇ ਦਿਲ ਵੱਖ ਕਰ ਲੈਣੀ ਹੈ ਤੇ ਜਦੋਂ ਚਾਹਨੀ ਹੈ ਭਰਾ ਦੇ ਕਤਲ ਦਾ ਟੁਕੜਾ ਲੈ ਕੇ ਕਮਰੇ ਵੱਖ ਕਰ ਲੈਣੀ ਹੈ ਇਹ ਮੇਰੇ ਦਿਲ ਦੀ ਮਰਜ਼ੀ ਹੈ ਤੇ ਇੱਕ ਮਰਾਸਨ ਨੂੰ ਪਿਆਰ ਕਰਨਾ ਮੇਰੇ ਦਿਲ ਦੀ ਮਰਜ਼ੀ ਹੈ ਖੇ ਖਾਣੀ ਹੈ ਨਾ ਸ਼ਾਹ ਜੀ ਤੇ ਕਿਸੇ ਉੱਚੀ ਜਗ੍ਹਾ ਤੇ ਜਾ ਕੇ ਖਾਓ ਮੇਰੇ ਤੋਂ ਉੱਚੀ ਜ਼ਾਤ ਵਾਲੀ ਲੈ ਕੇ ਆਓ ਜ਼ਾਤ ਸੋਰਾ ਬੇਗਮ ਜ਼ਾਤ ਤੂੰ ਕਹਿੰਦੀ ਤੇਰੀ ਜ਼ਾਤ ਉੱਚੀ ਹੈ ਮੈਂ ਕਹਿੰਦਾ ਉਹ ਇਨਸਾਨ ਉੱਚੀ ਹੈ ਹਾਂ ਤੇ ਪਿਆਰ ਜ਼ਾਤਾਂ ਨਾਲ ਨਹੀਂ ਸੋਰਾ ਬੇਗਮ ਇਨਸਾਨਾਂ ਨਾਲ ਹੁੰਦਾ ਹੈ ਇਨਸਾਨਾਂ ਨਾਲ ਹੁੰਦਾ ਹੈ ਸੋਰਾ ਬੇਗਮ ਇਨਸਾਨਾਂ ਨਾਲ ਹੁੰਦਾ ਹੈ ਇੱਥੇ ਹੀ ਸ਼ਾਹ ਜੀ ਸਲਾਮ ਹੈ ਸ਼ਾਹ ਜੀ ਸਲਾਮ ਹੈ ਸ਼ਾਹ ਜੀ ਸਲਾਮ ਹੈ ਸਲਾਮ ਅਲੈਕਮ ਜੀ ਬੱਜਾ ਪਰਾਂ ਲਦਸ ਸਲਾਮ ਆਖਨੀ ਆ ਸ਼ਾਹ ਜੀ ਧੰਨ ਪਾਕ ਸਾਡੇ ਬਾਹਰ ਆ ਜਾਓ ਕੋਈ ਚਾਹ ਪਾਣੀ ਕੋਈ ਲੱਸੀ ਨਹੀਂ ਨਹੀਂ ਕੁਛ ਨਹੀਂ ਤੈਨੂੰ ਸਿਰਫ ਇੰਨਾ ਕਹਿਣ ਆਇਆ ਮੇਰੇ ਕੁਛ ਮਹਿਮਾਨ ਆਨੇ ਨੇ ਮੇਰੇ ਡੇਰੇ ਤੇ ਆ ਜਾਈ ਕੱਲ ਰਾਤੀ ਤੇਰਾ ਗਾਣਾ ਸੁਣਨਾ ਹੈ ਮੈਂ ਕਿਹਾ ਸ਼ਾਹ ਜੀ ਤੁਸੀਂ ਤਾਰੀ ਨੂੰ ਕੀ ਸਮਝਿਆ ਤਾਰੀਏ ਠਹਿਰ ਜਾਨੀ ਸੁਣੋ ਸ਼ਾਹ ਜੀ ਤਾਰੀ ਕੋਈ ਕੰਜਰੀ ਨਹੀਂ ਜਿਹੜੀ ਕੋਠੇ ਤੇ ਬਹਿੰਦੀ ਹੈ ਕੋਠੇ ਤੇ ਜਾ ਕੇ ਗਾਉਣੇ ਵੀ ਗਾਉਂਦੀ ਹੈ ਫਿਰ ਕੀ ਹੈ ਕੀ ਹੈ ਤੂੰ ਮਰਾਸਨ ਆ ਮਰਾਸਨ ਥੀਏਟਰ ਚ ਗਾਉਣੀ ਆ ਇੱਜ਼ਤ ਕਰਾਉਣੀ ਆ ਤੇ ਇੱਜ਼ਤ ਕਰਨੀ ਆ ਸੁਣੀ ਮਰਾਸਨੇ ਸੁਣਾਓ ਸ਼ਾਹ ਜੀ ਜੇ ਤੂੰ ਸਾਡੇ ਡੇਰੇ ਤੇ ਨਹੀਂ ਗਾਏਂਗੀ
ते कदरे भी नहीं कहेंगे। कदरे भी नहीं गाएंगे। तारिये ये शाजी की कह गए ने की बनेगा? बनना की है, मुझे थिएटर लगेगा, मुझे गाने गावांगे, मैं वेखांगी केड़ा रोकता है। Thank you.
समझाया पर इन्हें रोशन शादी तड़ी नहीं मनी। तू अगे नहीं तरी जिले शाह वाह मेरे भरा दे कातला इस मरासन का हमायती बन के मैं लड़ाई का चंगा मौका दिता है मैं अपने वड्डियां आगे कसम दिखा सकांगा कि मैं अपने प्रादा कातिल नहीं मारिया मेरा संदा है मैं ही मारिया सैयद बादशाह ओए नहीं रोशन शाह नहीं ओए हाली ते तुहाडे खानदान दे पिछले फट नहीं परे पीछे हट जा जिले शाह दे हमायतिया पीछे हट जा ओए नहीं ओए जिले शाह नहीं अरे मैं ते पहले भी पहल नहीं सी कीती पर ना प्रावन मरन मिट्टी जीन नहीं देंदी ओए आप मौत नु वजह मार दे ले क्या मेरा सीओ वो तो अनुवाद क्या सी ना ये तो आड़े विच्चों कोई गाया या नचया मैं तो आड़ियां ढोल किया पाड़े शाजी माफ कर दियो शाजी माफ भी छाड़ दियो शाजी शाजी चला जिले शाह चलाना क्यों नहीं गोली ते चला दे रोशन शाह मुड़ चाचे ते चिट्टे वालों का ख्याल आता ही जा जा चला जा रोशन शाह जा चला जा नहीं रोशन शाह हुन नहीं कोई कोई वलिया तू ठीक है ओए सानू ते सत्ते ही खैरा ने हाथ बन के कहनी है शाह जी ਤੁਹਾਨੂੰ ਨਹੀਂ ਸੀ ਆਉਣਾ ਚਾਹੀਦਾ ਜੇ ਆ ਕੇ ਸੋ ਤੇ ਲੜਨਾ ਨਹੀਂ ਸੀ ਚਾਹੀਦਾ ਰੋਸ਼ਨ ਸ਼ਾਹ ਦੀਆਂ ਗੋਲੀਆਂ ਉਸ ਬਦਨਾਮੀ ਕੋਲੋਂ ਮਹਿੰਗੀਆਂ ਨਹੀਂ ਸਨ ਜਿਹੜੀ ਸਵੇਰੇ ਪਿੰਡ ਦੇ ਹਰ ਬੰਦੇ ਨੇ ਕਰਨੀ ਹੈ ਓਏ ਕਿਹੜੀ ਬਦਨਾਮੀ ਇਹੋ ਕਹਿਣਗੇ ਨਾ ਕਿ ਜ਼ਿਲ੍ਹੇ ਸ਼ਾਹ ਨੇ ਤਾਰੀ ਤੋਂ ਚਿੜ ਕੇ ਗੋਲੀ ਚਲਾ ਦਿੱਤੀ ਗੱਲ ਤੇ ਇਹੋ ਹੀ ਕਰਨਗੇ ਪਰ ਲਫ਼ਜ਼ਾਂ ਦਾ ਹੇਰ ਫੇਰ ਹੋਵੇਗਾ ਉਹ ਕਹਿਣਗੇ ਕਿ ਇੱਕ ਸੈਯਦ ਨੇ ਇੱਕ ਮਰਾਸਨ ਪਿੱਛੇ ਆਪਣੇ ਖੂਨ ਤੇ ਗੋਲੀ ਚਲਾ ਦਿੱਤੀ
ਜ਼ਿਆਦਾ ਚ ਝੂਠ ਵੀ ਕੀ ਹੈ। ਤਾਰੀ ਅਸੀਂ ਤੇਰੇ ਦਿਲ ਚ ਵਸਦੇ ਹਾਂ ਕਿ ਨਹੀਂ, ਪਰ ਤੂੰ ਸਾਡੇ ਦਿਲ ਚ ਵਸਦੀ ਹੈ। ਸਾਨੂੰ ਤੇਰੇ ਨਾਲ ਇਸ਼ਕ ਹੈ, ਸਾਨੂੰ ਤੇਰੇ ਨਾਲ ਇਸ਼ਕ ਹੈ। ਕਵਾਂਗਾ ਤਾਰੀ, ਡੱਗੇ ਦੀ ਚੋਟ ਤੇ ਕਵਾਂਗਾ, ਤੇ ਫਿਰ ਮੈਂ ਕਵਾਂਗੀ ਤੁਸੀਂ ਝੂਠ ਬੋਲਦੇ ਹੋ, ਝੂਠ ਬੋਲਦੇ ਹੋ। ਝੂਠ ਮੈਂ ਬੋਲਾਂ ਜਾਂ ਤੂੰ ਬੋਲੀ? ਮੇਰੀ ਅੱਖਾਂ ਚ ਵੇਖ ਤਾਰੀ, ਮੇਰੀ ਅੱਖਾਂ ਚ ਵੇਖ ਤਾਰੀ ਤੇ ਬੋਲ ਬੋਲ ਕਿ ਤੈਨੂੰ ਮੇਰੇ ਨਾਲ ਪਿਆਰ ਨਹੀਂ। ਬੋਲ ਤਾਰੀ ਬੋਲ, ਪਿਆਰ ਹੈ ਮਨਾ ਕੀ ਨਹੀਂ, ਕਦੀ ਨਹੀਂ। ਕਿਉਂ ਨਹੀਂ ਮੰਨੇਗੀ ਤਾਰੀ, ਕਿਉਂ ਨਹੀਂ ਮੰਨੇਗੀ ਤਾਰੀ, ਕਿਉਂ ਨਹੀਂ ਮੰਨੇਗੀ? ਇਸ ਲਈ ਕਿ ਮੈਂ ਗੁਨਾਹਗਾਰ ਨਹੀਂ ਹੋਣਾ ਚਾਹੁੰਦੀ, ਮੇਰੀ ਤਾਂ ਤੁਹਾਡੇ ਪੈਰਾਂ 'ਚ, ਤੁਹਾਡੇ ਦਿਲ 'ਚ ਨਹੀਂ। ਦਿਲ 'ਚ ਕਿਉਂ ਨਹੀਂ ਹੈ ਤਾਰੀ, ਦਿਲ 'ਚ ਕਿਉਂ ਨਹੀਂ? ਅਸੀਂ ਖਾਕ, ਤੁਸੀਂ ਪਾਕ। ਮੈਂ ਨਹੀਂ ਮੰਨਣਾ ਤਾਰੀ, ਮੈਂ ਨਹੀਂ ਮੰਨਣਾ। ਬੁੱਲੇ ਸ਼ਾਹ ਵੀ ਨਹੀਂ ਸੀ ਮੰਨਿਆ, ਸਿੱਲੇ ਸ਼ਾਹ ਵੀ ਨਹੀਂ ਮੰਨਣਾ ਕਿ ਕੋਈ ਉੱਚਾ ਨਹੀਂ, ਕੋਈ ਜ਼ਾਤ ਨਹੀਂ, ਕੋਈ ਖਾਕ ਨਹੀਂ ਤੇ ਕੋਈ ਪਾਕ ਨਹੀਂ। ਤੁਸੀਂ ਸੈਯਦ ਬਾਦਸ਼ਾਹ ਨਾ ਮੰਨੋ, ਅਸੀਂ ਤੇ ਤੁਹਾਡੇ ਫਕੀਰਾਂ ਦੇ ਵੀ ਨੌਕਰ ਹਾਂ, ਅਸੀਂ ਤੇ ਮੰਨਾਂਗੇ। ਗਰਦਨ ਵੀ ਬੜਦੇ ਹੋਗੇ ਤੇ ਗਰਦਨ ਤੁਹਾਡੇ ਪੈਰਾਂ 'ਚ ਰਹੇਗੀ, ਆਪਣੀ ਜਗ੍ਹਾ ਨਹੀਂ ਬਦਲੇਗੀ। ਤੈਨੂੰ ਆਪਣੀ ਜਗ੍ਹਾ ਬਦਲਣੀ ਪਵੇਗੀ ਤਾਰੀ। ਇਹ ਨਹੀਂ ਹੋ ਸਕਦਾ, ਤੁਸੀਂ ਇੱਥੋਂ ਚਲੇ ਜਾਓ, ਚਲੇ ਜਾਓ। ਕਿੱਥੇ ਜਾਵਾਂ, ਕਿੱਥੇ ਚਲਾ ਜਾਵਾਂ? ਆਪਣੇ ਘਰ। ਕਿਹੜੇ ਘਰ? ਜਿੱਥੇ ਤੁਹਾਡੀ ਬੀਵੀ ਰਹਿੰਦੀ ਹੈ। ਬੀਵੀ? ਉਹ ਬੀਵੀ, ਉਹ ਬੀਵੀ ਜਿਹੜੀ ਸ਼ਰੀਕਨ ਜ਼ਿਆਦਾ ਤੇ ਬੀਵੀ ਘੱਟ ਹੈ। ਉੱਥੇ ਉੱਥੇ ਮੈਂ ਸੁਲਾ ਤੇ ਹੋਲਾ ਤਾਰੀ, ਸੁਲਾ ਤੇ ਹੋਲਾ ਉੱਥੇ ਮੈਂ। ਇਹ ਤੁਹਾਡੇ ਘਰ ਦਾ ਮਾਮਲਾ ਹੈ ਨਾ, ਨਾ ਤਾਰੀ, ਇਹ ਸਾਡੇ ਘਰ ਦਾ ਨਹੀਂ, ਸਾਡੇ ਦਿਲ ਦਾ ਮਾਮਲਾ ਤਾਰੀ। ਦਿਲ ਤਾਂ ਮੇਰੀ ਅੱਖਾਂ 'ਚ ਵੇਖ, ਮੇਰੇ ਦਿਲ 'ਚ ਵੇਖ ਤਾਰੀ। ਮੈਨੂੰ ਤੇਰੀ ਕਿੰਨੀ ਜ਼ਰੂਰਤ ਹੈ, ਤੇਰੀ ਤੇਰੇ ਪਿਆਰ ਦੀ ਕਿੰਨੀ ਜ਼ਰੂਰਤ ਹੈ ਤਾਰੀ। ਭੁੱਲ ਜਾ, ਭੁੱਲ ਜਾ ਕਿ ਮੈਂ ਕੌਣ ਆਇਆ, ਤੂੰ ਕੌਣ ਹੈ। ਭੁੱਲ ਜਾ ਤਾਰੀ, ਭੁੱਲ। ਨਹੀਂ ਭੁੱਲ ਸਕਦੀ, ਨਹੀਂ ਭੁੱਲ ਸਕਦੀ। ਤੁਸੀਂ ਇੱਥੋਂ ਚਲੇ ਜਾਓ। ਨਾ ਤਾਰੀ, ਮੈਂ ਤੁਹਾਡੇ ਅੱਗੇ ਹੱਥ ਜੋੜਨੀ ਆ। ਨਾ ਤਾਰੀ, ਮੈਂ ਨਹੀਂ ਹੋ ਜਾਣਾ। ਇੱਥੋਂ ਚਲੇ ਜਾਓ। ਨਾ ਤਾਰੀ, ਜਿੱਥੇ ਵੀ ਜਾਓ ਇੱਥੋਂ ਚਲੇ ਜਾਓ। ਨਾ ਤਾਰੀ, ਮੈਂ ਨਹੀਂ ਹੋ ਜਾਣਾ ਤਾਰੀ, ਮੈਂ ਨਹੀਂ ਹੋ ਜਾਣਾ। ਮੈਂ ਤੁਹਾਡੇ ਪੈਰਾਂ 'ਚ ਸਿਰ ਰੱਖਣੀ ਆ, ਇੱਥੋਂ ਚਲੇ ਜਾਓ। ਰੱਬ ਦਾ ਵਾਸਤਾ ਜੇ ਇੱਥੋਂ ਚਲੇ ਜਾਓ, ਚਲੇ ਜਾਓ, ਚਲੇ ਜਾਓ, ਚਲੇ ਜਾਓ, ਚਲੇ ਜਾਓ। Oh!
तू नहीं हारी तारी मैं हार गई मैं हार गई जीत गया है जीत गया है मैं एक बरा गवा के दूजा नहीं गवाना चाहती रोशन माफ करता बस कर देता हूं तू जिले शाह किस मामले में नहीं आना मेरे लिए मेरे सुखा लिए तेन सुख नहीं मिलना उदे वालों मरासन पिछे जाइ किसी कंजरी पिछे हूं तो वे किसी मामले में नहीं आना उन्हें मैं आप वेखागी मैं आप वेखागी
ਹੋ ਸ਼ਾਹ ਸਾਹਿਬ। ਜ਼ਿੰਦਗੀ 'ਚ ਕੋਈ ਇੱਜ਼ਤ ਵਾਲਾ ਕੰਮ ਵੀ ਹੋਏਗਾ ਤੁਹਾਡੇ ਹੱਥੋਂ, ਕੁਝ ਖਿਆਲ ਕਰੋ ਆਪਣੀ ਜਦ ਪੁਸ਼ ਦਾ, ਆਪਣੇ ਬੁੱਢੇ ਬਾਪ ਦੀ ਚਿੱਟੀ ਦਾੜੀ ਦਾ, ਆਪਣੀ ਇੱਜ਼ਤ ਤੇ ਪਰਮ ਦਾ। ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਸ਼ਾਹ ਸਾਹਿਬ। ਮੈਂ ਸੁਣਿਆ ਤੂੰ ਬੋਲਦੀ ਰਹੋ। ਸੁਣ ਤੇ ਮੈਂ ਰਹੀ ਹਾਂ ਬੜੇ ਦਿਨਾਂ ਤੋਂ, ਹੁਣ ਬਰਦਾਸ਼ਤ ਦੀ ਹੱਦ ਮੁੱਕ ਗਈ ਹੈ। ਅੱਜ ਖੁੱਲ੍ਹ ਕੇ ਗੱਲ ਕਰੋ ਮੇਰੇ ਨਾਲ, ਕੀ ਚਾਹੁੰਦੇ ਹੋ ਤੁਸੀਂ? ਉਸ ਵਿਰਾਸਤ ਦੇ ਕਰੋ ਕੀ ਲੱਭਦਾ ਤੁਹਾਨੂੰ ਜਿਹੜਾ ਇਸ ਕਾਰ ਵਿੱਚ ਨਹੀਂ? ਸਕੂਨ। ਸਕੂਨ ਲੱਭਦਾ ਹੈ ਜਿਹੜਾ ਇਸ ਕਾਰ ਵਿੱਚ ਨਹੀਂ। ਪਿਆਰ ਲੱਭਦਾ ਹੈ ਜਿਹੜਾ ਤੇਰੇ ਕੋਲ ਨਹੀਂ। ਉੱਥੇ ਸਕੂਨ ਇਸ ਲਈ ਲੱਭਦਾ ਕਿ ਉਹ ਬਾਜ਼ਾਰੀ ਔਰਤ ਆਪਣੇ ਹੱਥਾਂ ਨਾਲ ਤਾਰੂ ਸ਼ਰਾਬ ਪਿਆਉਂਦੀ ਹੈ। ਤੇ ਰਹਿ ਗਿਆ ਪਿਆਰ, ਜੇ ਪਿਆਰ ਬੇਹਿਆਈ ਨਾਲ ਸੀਨੇ ਲੱਗ ਕੇ ਗਾਣੇ ਗਾਉਣ ਦਾ ਨਾ ਹੈ ਤੇ ਉਹ ਇੱਕ ਸਹੀ ਆਜ਼ਾਦੀ ਨਹੀਂ ਕਰ ਸਕਦੀ, ਸਹੀ ਆਜ਼ਾਦੀ ਮਰਾਸਾ ਨਹੀਂ ਬਣ ਸਕਦੀ। ਪਰ ਇੱਕ ਮਰਾਸਾ ਸਈਦ ਦੇ ਦਿਲ ਦੀ ਰਾਣੀ ਤੇ ਬਣ ਸਕਦੀ ਹੈ, ਜਿਹੜੀ ਜਿਹੜੀ ਤੂੰ ਨਾ ਬਣ ਸਕੀ। ਨਾ, ਵਿਆਹ ਦੇ 10 ਸਾਲ ਤੱਕ ਤੂੰ ਨਾ ਬਣ ਸਕੀ। ਨਾ, ਤੇ ਫਿਰ ਇੰਤਜ਼ਾਰ ਕਾਹਦਾ? ਮੈਨੂੰ ਤਲਾਕ ਦੇ ਕੇ ਉਹਦੇ ਨਾਲ ਵਿਆਹ ਕਰ ਲਓ ਸ਼ਾਹ ਸਾਹਿਬ। ਤਲਾਕ? ਤਲਾਕ ਦੇਣਾ ਸਾਡੇ ਖਾਨਦਾਨ ਵਿੱਚ ਨਹੀਂ ਹੈ। ਸਾਡੇ ਖਾਨਦਾਨ ਵਿੱਚ ਤੁਹਾਡੇ ਖਾਨਦਾਨ ਵਿੱਚ ਤੇ ਹੋਰ ਵੀ ਬਹੁਤ ਕੁਝ ਨਹੀਂ ਜਿਹੜਾ ਤੁਸੀਂ ਬੇਤੜਕ ਕਰਦੇ ਹੋ। ਮੈਨੂੰ ਤਲਾਕ ਦਿੱਤਿਓ ਬਗੈਰ ਹੋਰ ਕੋਈ ਤੁਹਾਡੀ ਜ਼ਿੰਦਗੀ 'ਚ ਆ ਨਹੀਂ ਸਕਦਾ ਸ਼ਾਹ ਜੀ। ਇਹ ਤੇਰੀ ਧਮਕੀ ਹੈ? ਧਮਕੀ ਛੋਟਾ ਲਫ਼ਜ਼ ਹੈ ਸ਼ਾਹ ਸਾਹਿਬ, ਇਹ ਮੇਰਾ ਹੁਕਮ ਹੈ। ਤੇਰੇ ਹੁਕਮ ਦੀ ਤੇ ਅਸੀਂ ਦਿੱਤਾ ਸੀ। ਓ ਜੱਲੇ, ਓ ਜੱਲੇ ਪੁੱਤਰ, ਓਏ ਕਦੀ ਤੁਸੀਂ ਦੋਵਾਂ ਨੇ ਮਿਲ ਕੇ ਆਰਾਮ ਨਾਲ ਗੁਫ਼ਤਗੂ ਕੀਤੀ ਹੈ? ਕਾਹਦਾ ਆਰਾਮ ਸ਼ਾਹ ਜੀ, ਕਾਹਦਾ ਆਰਾਮ? ਆਰਾਮ ਤੈਨੇ ਹਰਾਮ ਕਰ ਦਿੱਤਾ ਹੈ। ਮੈਨੂੰ ਇਸ ਮੁਕਾਮ ਤੇ ਪਹੁੰਚਾਉਣ ਵਾਲੀ ਵੀ ਇਹੀ ਹੈ ਸ਼ਾਹ ਜੀ, ਇਹੀ ਹੈ ਸ਼ਾਹ ਜੀ। ਸੁਣ ਕੁੜੀਏ, ਸ਼ਾਹ ਜੀ ਮੈਨੂੰ ਨਹੀਂ ਆਪਣੇ ਪੁੱਤਰ ਨੂੰ ਸਮਝਾਓ, ਜੇ ਮੇਰੇ ਭਰਾਵਾਂ ਨੂੰ ਇਹਨਾਂ ਦੀ ਨੀਅਤ ਦਾ ਪਤਾ ਲੱਗ ਗਿਆ ਤੇ ਉਹ ਕੀ ਕਰਨਗੇ? ਬੋਲ। ਨਹੀਂ ਪੁੱਤਰ, ਨਹੀਂ। ਕੀ ਕਰਨਗੇ ਤੇਰਾ ਭਰਾ? ਬੋਲ, ਕੀ ਕਰਨਗੇ ਤੇਰਾ ਭਰਾ? ਬੋਲ। ਆਪਣੇ ਭਰਾ ਦਾ ਕਤਲ ਭੁੱਲ ਕੇ ਉਹ ਆਪਣੇ ਭੈਣ ਦੇ ਹੱਕ ਦਾ ਹਿੱਸਾ ਇਸ ਤਰ੍ਹਾਂ ਕਰਨਗੇ? ਉਹਦੇ ਵੱਲ ਕਿਸੇ ਨੇ ਅੱਖ ਚੁੱਕ ਕੇ ਵੇਖਿਆ ਤੇ ਪਹਿਲਾਂ ਇੱਕ ਮਾਰਿਆ ਸੀ, ਹੁਣ ਸਾਰੇ ਮਾਰ ਦਿਆਂਗਾ, ਸਾਰੇ ਮਾਰ ਦਿਆਂਗਾ। ਸਲਾਮ ਪੀਰ ਜੀ। ਸਲਾਮ ਹੈ। ਸਲਾਮ ਚੌਧਰੀ ਜੀ। ਵਾਲੇਕੁਮ ਅਸਲਾਮ। ਹੁਕਮ, ਕਿਵੇਂ ਬੁਲਾਇਆ? ਜ਼ਿਲ੍ਹੇ ਸ਼ਾਹ ਨਾਲ ਅੱਜ ਕੱਲ੍ਹ ਤੇਰੇ ਤਲਕ ਦੇ ਬੜੇ ਰੌਲੇ ਨੇ। ਮੈਨੂੰ ਇਹ ਦੱਸਣ ਲਈ ਥਾਣੇ ਬੁਲਾਇਆ ਤੁਸਾਂ? ਬਿਆਨ ਦੇ, ਤੇਰੇ ਥੀਏਟਰ ਤੇ ਗੋਲੀ ਕਿਸ ਤਰ੍ਹਾਂ ਚੱਲੀ? ਰੋਸ਼ਨ ਸ਼ਾਹ ਨੇ ਮੇਰੇ ਤੇ ਗੋਲੀ ਚਲਾਈ ਤੇ ਜ਼ਿਲ੍ਹੇ ਸ਼ਾਹ ਨੇ ਉਹਨਾਂ ਨੂੰ ਡੱਕਿਆ। ਰੋਸ਼ਨ ਸ਼ਾਹ ਦੇ ਬੰਦਿਆਂ ਨੇ ਗੋਲੀ ਚਲਾ ਦਿੱਤੀ, ਬਸ। ਵਜ੍ਹਾ ਤਨਾਜ਼ਾ ਤੇ ਫੇਰ ਤੂੰ ਹੈ ਨਾ? ਵਜ੍ਹਾ ਤਨਾਜ਼ਾ ਰੋਸ਼ਨ ਸ਼ਾਹ ਨੇ ਬਣਾਈ।
ਤੇ ਜ਼ਿਲ੍ਹੇ ਸ਼ਾਹ ਨੇ ਮੇਰੀ ਇੱਜ਼ਤ ਬਚਾਈ। ਇਸ ਦੰਗੇ ਫਸਾਦ ਤੋਂ ਬਾਅਦ ਕਾਨੂੰਨ ਮੈਨੂੰ ਹੱਕ ਹਾਸਲੇ ਕਿ ਮੈਂ ਤੇਰੇ ਠੇਠਰ ਨੂੰ ਸੀਲ ਕਰ ਦਿਆਂ, ਤੈਨੂੰ ਵਜ੍ਹਾ ਇਸ਼ਤਿਆਲ ਦੇ ਜ਼ਮਰੇ 'ਚ ਲਿਆ ਕੇ ਕੁਝ ਦਿਹਾੜੇ ਆਪਣੇ ਥਾਣੇ ਦੀ ਹਵਾਲਾਤ 'ਚ ਆਪਣਾ ਮਹਿਮਾਨ ਬਣਾ ਲਵਾਂ। ਇਸ ਕੰਮ ਪਰੋਂ ਰੋਸ਼ਨ ਸ਼ਾਹ ਨੇ ਕਿੰਨੀਆਂ ਮੱਝਾਂ ਦਿੱਤੀਆਂ ਨੇ ਤੈਨੂੰ, ਕਿੰਨੇ ਮਨ ਦਾਣੇ ਭੇਜੇ ਨੇ ਤੇਰੇ ਘਰ, ਕਿੰਨੀ ਜੇਬ ਗਰਮ ਕੀਤੀ ਹੈ ਤੇਰੀ। ਝੂਠਿਆ ਚੌਧਰੀਆ ਤੇ ਵਕੌਥਾ ਨੇ ਤਾਰਾ, ਮੈਂ ਨਹੀਂ ਡਰਦੀ ਕਿਸੇ ਕੋਲੋਂ। ਜੋ ਸੱਚੇ ਉਹ ਭੋਲੇ ਹੈ, ਕਿੱਥੇ ਵੀ ਤੇਰੀ ਹਵਾਲਾਤ, ਮੈਂ ਆਪ ਜਾ ਕੇ ਉਹਦੇ 'ਚ ਬੰਦ ਹੋਣੀ ਆ। ਪਰਚਾ ਘੱਟ ਅਦਾਲਤ ਚੱਲ, ਹੁਣ ਤਾਰਾ ਉੱਥੇ ਹੀ ਹੋਵੇਗਾ, ਰੋਸ਼ਨ ਸ਼ਾਹ ਨੂੰ ਛੱਡਣ ਦਾ ਤੇ ਮੈਨੂੰ ਫੜਨ ਦਾ। ਜਾ ਚਲੀ ਜਾ, ਕਿਸੇ ਮੁਸ਼ਕਿਲ 'ਚ ਨਾ ਪੈ ਜਾਵੀ ਮੇਰੇ ਹੱਥੋਂ। ਜਾ ਚਲੀ ਜਾ, ਜਾਣੀ ਕਿ ਨਹੀਂ। ਮਿਹਰਬਾਨੀ, ਸਲਾਮ ਹੈ। ਜ਼ਬਰਦਸਤ, ਜ਼ਿਲ੍ਹੇ ਸ਼ਾਹ ਮੈਂ ਨਹੀਂ ਕਹਾਂਗਾ ਤੂੰ ਕੀ ਕੀਤਾ ਹੈ, ਕੀ ਕਰ ਰਿਹਾ ਤੇ ਕੀ ਕਰਨਾ ਹੈ। ਬਾਪ ਹੋਣ ਦੇ ਨਾਤੇ ਮੇਰਾ ਸਿਰਫ ਇੱਕ ਹੁਕਮ ਹੈ, ਅੱਜ ਤੋਂ ਬਾਅਦ ਤੂੰ ਉਸ ਮੀਰਾਸਨ ਦੇ ਘਰ ਨਹੀਂ ਜਾਣਾ। ਯਾਦ ਰੱਖ, ਜੇ ਤੂੰ ਮੇਰਾ ਹੁਕਮ ਨਹੀਂ ਮੰਨਿਆ ਮੈਂ ਸਮਝਾਂਗਾ ਤੂੰ ਮੇਰਾ ਖੂਨ ਨਹੀਂ।
बह जा पुत्र बह जा। ओ कुड़िए मैं की सुन रहा, तू घर छड़ के जा रही है? ऐस घर विच रह के करे भी की, इत्थे तां कोई अथरू पूंजण वाला नहीं। उत्थे मां भरजाइयां भरा पिओ ते है ने ना। नहीं भरजाई नहीं, एह गल ना करो, छोटी छोटी गल्लां तों घर नहीं छड्डीदा। एह छोटी जी गल है शाह जी, तुसीं अपने पुत्र दे किहड़े किहड़े ऐब ते पर्दा पाओगे जिन्हें एक मिरासन दे पिछे एक सैयदजादे दे हुकूक नूं लीरा लीरा कर छड्डिया। एक किहड़े सिर दे साईं दा इंतजार करे इस हवेली च बैठ के उहदा, जिहड़ा दिन रात एक मिरासन दी कुछड़ च गुजारदा है। तुसीं ठीक कहिंदे हो भरा, पर इहो जिहे फैसले इन्नी छेती नहीं करी दे। मैनू मौका तो दिओ सोचण दा, मौका तो दिओ। जोरा तू मेरी धी है, तेरी कदी नहीं मोड़ी, मेरे अथरुआ ते रहम खा, एक बारी माफ कर दे, दूजी बारी बेशक चली जाई। ताया जी, ताया जी, ताया जी, मैं तेरी खातिर नहीं जाती, पर सोच लवो ताड़ी खातिर अगर जिले शाह ना बदलिया तो फिर। जिले शाह नू अपनिया सोचा ते अपनिया करतूता बदलनिया पैणगियां।
ਤੁਸੀਂ ਆਪ ਆਉਣ ਦੀ ਤਕਲੀਫ ਕਿਉਂ ਕੀਤੀ ਸਰਕਾਰ? ਤਕਲੀਫ ਕਰੀਏ ਤੇ ਤਕਲੀਫ ਮੁਕਦੀ ਹੈ ਗੁਲਾਮ ਆਉਂਦਾ। ਗੁਲਾਮ ਪੀਰ ਜੀ ਉੱਥੇ ਠਹਿਰ ਜਾ, ਤੇਰੇ ਨਾਲ ਕੱਲੀਆਂ ਗੱਲ ਕਰਨੀ ਹੈ, ਆ ਮੇਰੇ ਨਾਲ। ਉਹ ਭਾਈਆ ਗੁਲਾਮ ਆਉਂਦਾ, ਉਹ ਵੱਡੇ ਸ਼ਹਿਰੀ ਦੇ ਅੱਜ ਤੱਕ ਕਦੀ ਵੀ ਕਿਸੇ ਦੇ ਘਰ ਤੁਰ ਕੇ ਨਹੀਂ ਗਏ। ਬਹਿ ਜਾ। ਕਿਹਦੇ ਨਾਲ ਬਹੁਤਾ ਪਿਆਰ ਕਰਨੀ ਹੈ, ਜ਼ਿਲ੍ਹੇ ਸ਼ਾਹ ਨਾਲ ਜਾਂ ਉਹਦੀ ਜ਼ਾਤ ਨਾਲ? ਮੇਰਾ ਪਿਆਰ ਸੈਯਦ ਦੀ ਜ਼ਾਤ ਤੋਂ ਸ਼ੁਰੂ ਹੋ ਕੇ ਜ਼ਿਲ੍ਹੇ ਸ਼ਾਹ ਦੇ ਪੈਰਾਂ 'ਚ ਮੁੱਕਦਾ ਹੈ ਸਰਕਾਰ। ਤੁਸੀਂ ਆਪਣਾ ਹੁਕਮ ਕਰੋ, ਜ਼ਿਲ੍ਹੇ ਸ਼ਾਹ ਦੀ ਜ਼ਿੰਦਗੀ 'ਚੋਂ ਨਿਕਲ ਜਾ। ਇਹ ਹੁਕਮ ਨਹੀਂ, ਮੈਂ ਹੱਥ ਬੰਨ ਕੇ ਪੀਰ ਜੀ ਇੱਕ ਸੈਯਦਜ਼ਾਦੀ ਦਾ ਹੱਕ ਮੰਗਣ ਆਇਆ ਤੇਰੇ ਕੋਲੋਂ। ਉਹ ਆਪਣੀ ਬੀਵੀ ਕੋਲੋਂ ਬਹੁਤ ਦੂਰ ਚਲਾ ਗਿਆ, ਬਹੁਤ ਦੂਰ। ਸੁਣ ਲਈ ਹੈ ਨਾ ਤੂੰ? ਤੁਸੀਂ ਹੁਕਮ ਕਰਦੇ ਚਲੋ ਸਰਕਾਰ, ਜੋ ਚਾਹੁੰਦੇ ਹੋ। ਜਿਸ ਤਰ੍ਹਾਂ ਇੱਕ ਰਾਤ ਤੋਂ ਤੇਰੀ ਜ਼ਿੰਦਗੀ 'ਚ ਆਇਆ, ਉਸੀ ਤਰ੍ਹਾਂ ਅੱਜ ਦੀ ਰਾਤ ਤੂੰ ਉਹਦੀ ਜ਼ਿੰਦਗੀ 'ਚੋਂ ਨਿਕਲ ਜਾ। ਤਾਰੀ, ਸਿੱਲੇ ਸ਼ਾਹ ਜੀ ਆ ਰਹੇ ਨੇ। ਇਧਰੋਂ ਨਹੀਂ, ਇਸ ਬੂਹੇ ਵੱਲੋਂ। ਉਹਨੂੰ ਪਤਾ ਨਾ ਲੱਗੇ ਕਿ ਮੈਂ ਆਇਆ ਸਾਂ। ਜੀ ਇੰਨੀਆਂ ਸੋਹਣੀਆਂ ਅੱਖਾਂ 'ਚ ਲਾਲ ਡੋਰੇ ਤੇ ਉਹਨਾਂ ਲਾਲ ਡੋਰਿਆਂ 'ਚ ਲੁਕਿਆ ਹੋਇਆ ਡਰ। ਸਾਡੇ ਦਿਲ ਦੇ ਮਾਲਕੋ, ਸਾਨੂੰ ਵੀ ਕੁਝ ਦੱਸੋ, ਸਾਨੂੰ ਵੀ ਕੁਝ ਦੱਸੋ। ਅੱਜ ਸ਼ਾਮੋ ਸ਼ਾਮ ਹੀ ਪੀਣਾ ਸ਼ੁਰੂ ਕਰ ਦਿੱਤਾ ਹੈ ਤੁਸੀਂ? ਕੀ ਕਰੀਏ, ਰਾਤ ਪੈਂਦੀ ਨਹੀਂ ਸੀ ਪਈ, ਸੂਰਜ ਡੁੱਬਦਾ ਹੀ ਨਹੀਂ ਸੀ ਪਿਆ। ਅਸੀਂ ਬੋਤਲ ਖੋਲ ਕੇ ਜ਼ਬਰਦਸਤੀ ਰਾਤ ਪਾਈ, ਜ਼ਬਰਦਸਤੀ ਰਾਤ ਪਾਈ। ਲੱਗਦਾ ਹੈ ਅੱਜ ਦੀ ਇਹ ਰਾਤ ਸਾਡੇ ਲਈ ਬੜੀ ਲੰਮੀ ਹੋ ਜਾਣੀ ਹੈ ਸ਼ਾਹ ਜੀ। ਸਾਨੂੰ ਵੀ ਕਿਸੇ ਐਸੀ ਰਾਤ ਦੀ ਉਡੀਕ ਸੀ। ਤੇ ਫਿਰ ਅੱਜ ਉਹ ਰਾਤ ਆ ਗਈ ਜੀ, ਜਿਹਦੀ ਸ਼ਾਇਦ ਕੋਈ ਸਵੇਰ ਨਹੀਂ। ਫਿਰ ਅੱਜ ਗੱਲਾਂ ਵੀ ਨਹੀਂ ਮੁੱਕਣੀਆਂ, ਸ਼ੁਰੂ ਤੂੰ ਕਰੇਂਗੀ ਜਾਂ ਮੈਂ? ਮੈਂ ਆ
यार वे तू नेड़े नेड़े बस वे डोलन यार वे वे तू नेड़े नेड़े बस वे डोलन यार तेरे यार वे तू नेड़े नेड़े बस वे ढोलन यार आया ताज नौला की जड़िया हाय वे आया ताज नौला की जड़िया मुरली मुरशद वाले फड़िया ते जुड़ा लिया कसवे ढोलन यार वे वे तू नेड़े नेड़े बस वे ढोलन यार तेरिया नैना तो कुर्बान वे हाए वे तेरिया नैना तो सरीली तारीख था ओ घर पिंड ते अपने पराए सब छट के चली गई शाजी चली गई क्यों चली गई उन्हें सानू कुछ नहीं दसिया कि वो किथे जा रही है बस तुहाडे लिए कह गई है जेड़ी लकीर साड़िया जातों के विचकार है असी उन्हें नहीं टप सकते मैं अपनी जात के हनेरिया च गुम हो रही हूँ तुसी अपने हंसते बसते घर वापस आओ ते तारी नू भूल जाओ भूल जाओ भूल जाओ तारी नू लगी है कौन आया सी इत कौन आया सी इत कि तारी नू फैसला करन ते मजबूर किया है कौन आया सी इत बोलो 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 बोलो
ਤੁਸੀਂ 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 ਦੁਸ਼ਮਣ ਬਣ ਕੇ ਜਿਹੜਾ ਵਾਰ ਕੀਤਾ ਹੈ ਉਹ ਵਾਰ ਕੋਈ ਹੋਰ ਕਰਦਾ ਤਾਂ ਮੈਂ ਉਹਦੀ ਜ਼ਿੰਦਗੀ ਖੋ ਲੈਂਦਾ। ਤੁਹਾਡੇ ਇਤਰਾਮ ਵਿੱਚ ਤੁਹਾਡੇ ਵਰਗੇ ਦੁਸ਼ਮਣ ਕੋਲੋਂ ਸਿਰਫ ਸਿਰਫ ਤੁਹਾਡਾ ਪੁੱਤਰ ਖੋ ਰਿਹਾ। ਅੱਜ ਤੋਂ ਬਾਅਦ ਨਾ ਤੁਸੀਂ ਮੇਰੇ ਬਾਪ ਨਾ ਮੈਂ ਤੁਹਾਡਾ ਪੁੱਤਰ ਤੇ ਮੈਂ ਇਸ ਘਰ ਵਿੱਚ ਨਾ ਤੁਸੀਂ ਮੇਰੇ ਦਿਲ ਵਿੱਚ। ਜਿਸ ਦਿਲ ਵਿੱਚ ਇੱਕ ਮਨਾਸਨ ਰਹਿੰਦੀ ਹੋਵੇ ਉਸ ਦਿਲ ਵਿੱਚ ਤੁਹਾਡਾ ਰਹਿਣਾ ਉਂਝ ਵੀ ਬਾਜ਼ੇ ਸ਼ਰਮੇ। ਤੂੰ ਨਾ ਬੋਲ ਕੁੜੀਏ, ਮੈਨੂੰ ਗੱਲ ਕਰਨ ਦੇ। ਸੁਣ ਜ਼ਿਲੇ ਸ਼ਾਹ, ਤੂੰ ਇੱਕ ਮਿਰਾਸਨ ਪਿੱਛੇ ਆਪਣਾ ਘਰ ਬੀਵੀ ਤੇ ਪਿਓ ਨੂੰ ਛੱਡ ਕੇ ਜਿਹੜਾ ਸੌਦਾ ਕਰ ਰਿਹਾ। ਸੌਦਾ ਪਹਿਲੀ ਵਾਰੀ ਨਹੀਂ ਹੋ ਰਿਹਾ ਸ਼ਾਹ ਜੀ, ਪਹਿਲੀ ਵਾਰੀ ਨਹੀਂ ਹੋ ਰਿਹਾ। ਇਸ਼ਕ ਬੁੱਲੇ ਸ਼ਾਹ ਦਾ ਹੋਵੇ ਜਾਂ ਜ਼ਿਲੇ ਸ਼ਾਹ ਦਾ, ਸੌਦਾ ਇੰਜੀ ਹੁੰਦਾ ਜੇ ਬੁੱਲੇ ਸ਼ਾਹ ਆਪਣੇ ਰਾਈ ਮੁਰਸ਼ਦ ਦੇ ਇਸ਼ਕ ਚ ਰੁਲ ਗਏ ਤੇ ਮੈਂ ਆਪਣੀ ਮਰਾਸਨ ਦੇ ਇਸ਼ਕ ਚ ਰੁਲਣ ਜਾ ਰਿਹਾ ਤੇ ਇਹ ਕਹਿ ਕੇ ਜਾ ਰਿਹਾ ਕਿ ਤੁਸੀਂ ਮੇਰਾ ਪਿਆਰ ਰਾਤ ਦੇ ਹਨੇਰੇ ਚ ਪਿੰਡੋਂ ਕੱਢਿਆ ਹੈ ਤੇ ਮੈਂ ਉਹਨੂੰ ਦਿਨ ਦੇ ਚਾਨਣ ਚ ਇਸ ਪਿੰਡ ਚ ਲਿਆ ਕੇ ਵਸਾ ਕੇ ਵਿਖਾਵਾਂਗਾ ਜਿਹਦੇ ਚ ਹਿੰਮਤ ਹੈ, ਜਿਹਦੇ ਚ ਤਾਕਤ ਹੈ। ਉਹ ਮੈਨੂੰ ਤੇ ਉਹਨੂੰ ਇਸ ਪਿੰਡ ਚ ਵਸਣ ਤੋਂ ਰੋਕ ਕੇ ਵਿਖਾਏ। ਖੜੀ ਖੜੀ ਥੱਕ ਗਈਆਂ ਉਹ ਕਾਲੇ ਖਾਂ, ਉਹ ਮਰੇ ਕੁਹਾੜੀ ਤੇ ਲੈਚ ਮਾਰ। ਤਾਰੀ ਸਲਾਮ ਚਾਚੀ, ਖੈਰ ਤੇ ਕੱਲੀ ਆਈ ਹੈ? ਨਾਲ ਕੋਈ ਨੀ? ਤਾਰੀ ਸਲਾਮ ਆਖਦੇ ਮੈਂ ਆਪ ਹੀ ਕੱਲੀ ਆਈ ਹਾਂ। ਆਖੇ ਕੱਲੀ ਆਈ ਹੈ, ਉਹ ਨਾਲ ਲਿਆਂਦੀ ਕੀ ਲੋੜ ਸੀ? ਓਏ ਆਪਣੇ ਘਰ ਆਈਏ, ਆਪਣੇ ਬਚਪਨ ਦੇ ਮੰਗੇਤਰ ਕੋਲ ਆਈਏ। ਵੇ ਭੈੜਿਆ, ਕਦੀ ਸ਼ਕਲ ਵੇਖੀ ਸ਼ੀਸ਼ੇ 'ਚ? ਹਾਏ ਹਾਏ ਹਾਏ, ਪਰੌਂਠੇ ਦੀ ਇੱਕੋ ਬੁਰਕੀ ਕਰਨ ਵਾਲੀ ਏ, ਮੈਨੂੰ ਬੱਚੀ ਦੇ ਦਿਲੋਂ ਲਾਣਾ ਈ। ਓ ਮੇਰੇ ਮਾਮਲਾ, ਸਭ ਨੂੰ ਕਹਿ ਦੇ ਮੇਰਾ ਕਿਸੇ ਨੂੰ ਨਾ ਦੱਸਣ ਕਿ ਮੈਂ ਇੱਥੇ ਹਾਂ। ਕਿਉਂ, ਖੈਰ ਹੈ ਨਾ? ਬਸ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਹਨੇਰਿਆਂ 'ਚ ਗੁਜ਼ਾਰਨਾ ਚਾਹੁੰਦੀ ਹਾਂ। ਸਾਡੀ ਜਾਨ ਦੀ ਅੱਖ 'ਚ ਅਥਰੂ, ਹੋਇਆ ਕੀ ਹੈ? ਕੁਝ ਨਹੀਂ ਹੋਇਆ, ਤੂੰ ਜਾ ਕੇ ਖਾਣ ਪੀਣ ਦਾ ਬੰਦੋਬਸਤ ਕਰ, ਕੁੱਕੜ ਸ਼ੁਕੜ ਹਲਾਲ ਕਰ, ਜਾ। ਤੂੰ ਨਾ ਘਬਰਾ ਭੈਣ ਮੇਰੀਏ, ਅੱਜ ਤੇ ਮੈਂ ਸਾਰੇ ਪਿੰਡ ਦੀਆਂ ਕੁੱਕੜੀਆਂ ਹਲਾਲ ਕਰਕੇ ਕੁੱਕੜ ਵਿਵਾਹ ਕਰ ਦਿਆਂਗਾ। ਓਏ ਅੱਜ ਤੇ ਮੈਨੂੰ ਚਾਹ ਹੀ ਬੜਾ ਹੈ।
मैं समझ गई हाँ, जिले शाह वाला चक्कर है ना, दगा दे गया ना आखिर, दगा दे मैं दिता है उन्होंने, पता नहीं वो मेरे बाद ये सोचते होंगे मेरे जिले शाह। ओए जिले साड़ी इन्हें सारिया ने रल के मेरा प्यार मेरे तो वक किया है, मैं उन्हें लभ लांगा। ओह जिथे भी होवे कि मैं उन्हें लभ लांगा। मिन्नत पिछे कार नहीं सा छटके गए पर तुसी मेरे अथरू नहीं पहुंच सके। चल मां चल पुत्र भाई टांगा रोक शाजी, शाजी। कौन है? सुरीली, सुरीली। शाजी, तुसे की हाल बढ़ाया हुआ है? किड़ी सालम सी हो। जेड़ी छड़ के चली गई। ते किड़े सालम हो तुसी जेड़े ओदा पता नहीं दसते। मैं की करा ओदी कसम ने मेरी जुबान ते चंद्रा मारिया होया है। जे ओदी कसम मेरे प्यार मेरी जिंदगी को लंबाते ते कसम ना तोड़ी जे तेरी कसम का कफारा देके मैनू जिंदगी मिल सकती ते मैनू जिंदगी दे दे सुरीली मैनू 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 तारी का पता दस दे सुरीली मैनू तारी का पता दस दे। जाओ शाजी अज असी तुहाडे लई अपनी कसम तोड़ दिया।
ਕੌਣ ਹੈ ਭਾਈ ਤੂੰ? ਛੱਡ ਇਹਨੂੰ, ਮੈਂ ਕਹਿੰਦਾ ਛੱਡ। ਕੌਣ ਹੈ ਤੂੰ? ਕਿਸ ਕਿਸਮ ਦੀ ਗਜ਼ਬਨਾਕ ਜੱਫੀ ਪਾ ਰਿਹਾ ਮੇਰੀ ਹੋਣ ਵਾਲੀ ਜੌਜ਼ਾ ਨੂੰ? ਇਹ ਕੌਣ ਹੈ? ਇਹ ਮੇਰੇ ਸ਼ਾਹ ਜੀ ਨੇ, ਸਿੱਲੇ ਸ਼ਾਹ। ਵਾਹ ਜੀ ਵਾਹ ਸ਼ਾਹ ਜੀ, ਮੈਂ ਕਿਹਾ ਸਰਕਾਰ ਇਹ ਹੁਣ ਘਰਾਂ ਜਾ ਕੇ ਮੁਰੀਦਾਂ ਨੂੰ ਤਵੀਜ਼ ਦੇਣ ਲੱਗ ਪਏ ਹੋ। ਚੱਲ ਤਾਰੀ, ਚੱਲ ਤਾਰੀ, ਗੈਰਤ ਖਾ ਗਿਆ ਟਾੜੀ, ਇੱਧਰ ਹਟ ਤਾਰੀ। ਮੈਂ ਕੋਈ ਸਾਦਾ ਖੇੜਾ ਨਹੀਂ ਜਿਹੜਾ ਆਪਣੇ ਹੀਰ ਰਾਂਝੇ ਨਾਲ ਹੱਥੀ ਟੋਰ ਦੇਗਾ। ਉਹ ਮਾਰਤਾ ਜੇ ਸ਼ਾਹ ਜੀ, ਇਹ ਕੀ ਕੀਤਾ ਜੇ? ਮੁਰੀਦ ਨੂੰ ਲੰਗਰ ਦੇ ਕੇ ਮਾਰਤਾ ਜੇ? ਸ਼ਾਹ ਜੀ, ਮੈਂ ਕੋਈ ਐਡਾ ਜ਼ਾਲਮ ਨਹੀਂ ਜਿਹੜਾ ਦੋ ਪਿਆਰ ਕਰਨ ਵਾਲੇ ਦੀ ਰਾਜ ਦੀਵਾਰ ਬਣਾ। ਮੈਂ ਕੋਈ ਪੱਥਰ ਦਿਲ ਨਹੀਂ। ਜਾਓ ਸ਼ਾਹ ਜੀ, ਮੈਂ ਬਾਹੋਸ਼ੋ ਹਵਾਸ ਸਿੱਕਾ ਰੈਜੁਲ ਵਕਤ ਲੈ ਕੇ ਆਪਣੀ ਹੋਣ ਵਾਲੀ ਜੋਜ਼ਾ ਨੂੰ ਤਲਾਕ ਦੇ ਕੇ ਤੁਹਾਡੇ ਨਾਲ ਜਾਣ ਦੀ ਇਜਾਜ਼ਤ ਦਿੰਦਾ ਵਾ। ਜਾ ਬੇਟਾ, ਜਿੱਥੇ ਸ਼ਾਹ ਜੀ ਕਹਿੰਦੇ ਨੇ ਉੱਥੇ ਜਾ ਕੇ ਨਵਾਂ ਦਰਬਾਰ ਪਾਓ। ਮੈਂ ਹੁਣ ਉੱਥੇ ਕੁਆਲੀ ਕਰਨ ਆਇਆ ਕਰਾਂਗਾ। ਓਮ ਦਿਸਦਾ ਜੀ ਮੇਰੇ ਪੀਰ ਵਾਲਾ ਡੇਰਾ, ਪੈ ਗਿਆ ਜੀ ਸਾਡੇ ਘਰ ਵਿੱਚ ਪੀਰ ਵਾਲਾ ਫੇਰਾ। ਓਮ ਦਿਸਦਾ ਜੀ ਮੇਰੇ ਪੀਰ ਵਾਲਾ ਡੇਰਾ। ਚੱਲ ਤਾਰੀ, ਮੈਂ ਨਹੀਂ ਜਾ ਸਕਦੀ। ਕਿਉਂ ਨਹੀਂ ਜਾ ਸਕਦੀ? ਮੈਂ ਜ਼ਬਾਨ ਦਿੱਤੀ ਹੈ ਵੱਡੇ ਸ਼ਾਹ ਜੀ ਨੂੰ। ਤੇਰੀ ਜ਼ਬਾਨ ਪਿੱਛੇ ਮੈਂ ਆਪਣੀ ਜਾਨ ਦੇ ਦਿਆਂਗਾ ਤਾਰੀ। ਤੂੰ ਆਪਣਾ ਕਹਿਣਾ ਨਿਭਾ ਦਿੱਤਾ ਹੈ, ਹੁਣ ਮੈਨੂੰ ਆਪਣੇ ਇਸ਼ਕ ਦਾ ਹੱਕ ਨਿਭਾ ਦੇ। ਜਿਨ੍ਹਾਂ ਤੈਨੂੰ ਰਾਤ ਦੇ ਹਨੇਰੇ 'ਚ ਕੱਟਿਆ ਸੀ, ਮੈਂ ਉਹਨਾਂ ਦੇ ਸਾਹਮਣੇ ਤੈਨੂੰ ਦਿਨ ਦੇ ਚਾਨਣ ਚੈਨ 'ਚ ਲੈ ਕੇ ਜਾਣਾ ਹੈ ਕਿ ਤੇਰੀ ਇੱਜ਼ਤ ਉਹਨਾਂ ਦੀ ਇੱਜ਼ਤ ਤੋਂ ਵੱਧ ਨਜ਼ਰ ਆਏਗੀ। ਹਾਂ ਤਾਰੀ, ਤੇਰੀ ਇੱਜ਼ਤ ਉਹਨਾਂ ਦੀ ਇੱਜ਼ਤ ਤੋਂ ਵੱਧ ਨਜ਼ਰ ਆਏਗੀ। ਚੱਲ ਤਾਰੀ ਕਰਨ ਆਉਂਦੀ ਤੇ ਮੇਰੀ ਜਿੱਤ ਨਾ ਹੁੰਦੀ, ਜੇ ਮੇਰੀ ਜਿੱਤ ਨਾ ਹੁੰਦੀ ਤੇ ਇਸ਼ਕ ਦੀ ਜਿੱਤ ਨਾ ਹੁੰਦੀ ਸ਼ਾਹ ਜੀ। ਸਲਾਮ ਹੈ। ਓਏ ਤੇਰੇ ਭੈੜੇ ਕੰਮ ਸਜਦਾਂ ਦੀ ਜ਼ਾਤ ਤੇ ਲੀਕ ਬਣਦੇ ਜਾ ਰਹੇ ਨੇ। ਤੁਸੀਂ ਆਪਣਾ ਜ਼ਾਤ ਬਚਾਓ ਸ਼ਾਹ ਸਾਹਿਬ, ਮੰਨ ਲਵੋ ਤੇ ਕਹਿ ਵੀ ਦਿਓ ਕਿ ਜ਼ਿਲ੍ਹੇ ਸ਼ਾਹ ਸੈਯਦ ਹੀ ਨਹੀਂ। ਓਏ ਤੇਰੇ ਕਹਿ ਦੇਣ ਨਾਲ ਤੇਰੀ ਜ਼ਾਤ ਤੇ ਨਹੀਂ ਬਦਲ ਜਾਣੀ। ਚੱਲ ਕਰ, ਚੱਲ ਕਰ। ਛੱਡ ਦਿੱਤਾ ਹੈ,
चाचा जी बाप छोड़ देता है, बीवी बीवी छोड़ देती है। ओए जिले, मेरे वालों सब आजाद ने, सब आजाद ने। जे ओ मेनू आजाद करके समझ दे कि ओ सुखी जीवेगा ते ओदी पुल ले। जेड़ी जिंदगी मेरे तो फैल मेरे परावा ने जिले शाह नु बख्शी, जे ओ जिंदगी च मैं ना रही ते ओ मरासन भी नहीं रवेगी। हुण वाजिबुल कतल जिले शाह, रोशन शाह तो पहले जिथे मौका मिलिया ओनू मैं मार देंगा। जिले शाह ते नजर रख। नक विच सोनी नथली पाई, भावें बुले शादा अपने मुर्शिद दे इश्क च नचना याद करी सा। अच्छा, ऐ हो सकता है कि अज तू गावे ते मैं बाबे बुले शाह वांगू कुंगरू बन के तेरे इश्क च नचा। नहीं शाह जी, ऐ नहीं हो सकता। आज मेरा दिल करता है तुहाडे दिल लई ते मैं कुछ भी कर सकती हाँ। नक विच सोनी नथली पाई ते कन विच We'll be right back.
शादी का जोड़ा है तारी। मेरी शादी? किते ना? उदा ना है जिले शाह वल्द मोहम्मद शाह वल्द मरातब शाह वल्द वलायत शाह वल्द इनायत शाह। बस शाह जी बस। तुसी जिस सुची लड़ी दे मोती हो, मैंने वो दा ते तुआड़ा मकाम याद है। बस तुसी इस कमजाद दा मकाम भूल गए हो। तारी मैं थोड़ी ख्वाहिश हुक्म ते प्यार दी खातिर ए जोड़ा पा लेनी आ, पर उदे बाद जेड़ा तूफान आएगा उनू संभालना मुश्किल हो जाएगा। इश्क दी ओ मंजिल वी की जड़ी आशका नू तूफाना चो लंघ के ना मिले हार दे, तूफाना नू भी हार दे। ओए कर लो बंदूका, फना कर देंगा आज मैं सारे खानदान नू। शाह जी मैं ते चले हां,
ਤੇ ਹੁਣ ਮੁਲਾਕਾਤ ਹੋਵੇਗੀ ਜੇਲ੍ਹ ਓਏ ਤੇ ਮੇਰੇ ਵਾਸਤੇ ਲੈ ਕੇ ਆਣਾ ਕੋਲੇ ਤੇ ਰੋਟੀਆਂ ਓਏ ਪਰ ਹੋਇਆ ਕੀ ਹੈ ਰੋਸ਼ਨ ਸ਼ਾਹ ਮੇਰੇ ਤੋਂ ਪਹਿਲੇ ਟੁਰ ਗਿਆ ਜ਼ਿੱਲੇ ਸ਼ਾਹ ਨੂੰ ਮਾਰਨ ਉਹ ਉੱਥੇ ਨਿਕਾਹ ਪੜਾ ਰਿਹਾ ਮੇਰਾ ਹਸਣ ਨਾਲ ਉਹ ਮੈਂ ਉਹਦਾ ਸੀਨਾ ਵੀ ਪਾੜ ਦਿਆਂਗਾ ਤੇ ਨਿਕਾਹ ਦੇ ਫਾਰਮ ਵੀ ਉਹ ਕੋਈ ਰੋਕ ਸਕਦਾ ਤਾਂ ਮੈਨੂੰ ਰੋਕ ਲਵੇ ਨਹੀਂ ਤਾਂ ਮੈਂ ਚੱਲਿਆ ਓਏ ਮੌਲਾ ਰਾਜੀ ਦੇ ਖਿਤਾਜ ਦੀ ਨਾ ਓਏ ਮੌਲਵੀ ਸਾਹਿਬ ਕਿੱਥੇ ਰਹਿ ਗਏ ਨੇ ਉਹ ਜਦੋਂ ਤੱਕ ਨਿਕਾਹ ਨਹੀਂ ਹੁੰਦਾ ਸਾਡੀਆਂ ਜਾਨਾਂ ਵੀ ਖਤਰੇ 'ਚ ਨੇ ਉਹ ਬਸ ਦੁਆ ਕਰ ਰੋਸ਼ਨ ਸ਼ਾਹ ਨੂੰ ਪਤਾ ਨਾ ਲੱਗੇ ਉਹਨੇ ਆਪਣੇ ਮਾਰ ਕੇ ਸਾਨੂੰ ਵੀ ਮਾਰ ਦੇਣਾ ਯਾਇਲੀ ਯਾਇਲੀ ਉਹ ਤੂੰ ਪਾਣੀ ਪੀ ਨਾਲੇ ਲੋਕਾਂ ਨੂੰ ਪਿਆ ਯਾਇਲੀ 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 ਬਿਸਮਿਲਾ ਬਿਸਮਿਲਾ ਮੌਲਵੀ ਸਾਹਿਬ ਇੰਨੀ ਦੇਰ ਲਾਈ ਤੀ ਜੀ ਕਿੱਥੇ ਰਹਿ ਗਏ ਸਜੇ ਅਸਲਾਮ ਵਾਲੇਕੁਮ ਸ਼ਾਹ ਜੀ ਮੌਲਵੀ ਸਾਹਿਬ ਆ ਨਹੀਂ ਯਾਰ ਸੇਰਾ ਰਹਿਣ ਦੇ ਬਾਕੀ ਇਹਨਾਂ ਨੇ ਮੈਨੂੰ ਲਾਲ ਜੀ ਪੱਗ ਪਵਾ ਦਿੱਤੀ ਪਰ ਇਹ ਤੇ ਸ਼ਗਨ ਹੁੰਦਾ ਯਾਰ ਰਹਿਣ ਦੇ ਆ ਸ਼ੇਰ ਖਾਨ ਬੂਹੇ ਤੇ ਬੰਦੇ ਖਿਲਾ ਰਹੇ ਨੇ ਸ਼ਾਹ ਜੀ ਠੀਕ ਹੈ ਸਤੇ ਖੈਰ ਆ ਜਾ ਬਾਈ ਮੁਬਾਰਕਾਂ ਸੁਰੀਲੀ ਸਭ ਤਿਆਰੀਆਂ ਨੇ ਨਾ ਹਾਂ ਜੀ ਜ਼ਬਰਦਸਤ ਇੰਤਜ਼ਾਮ ਹੋ ਗਿਆ ਬਸ ਮੌਲਵੀ ਸਾਹਿਬ ਦੀ ਕਮੀ ਹੈ ਹਾਂ ਮੌਲਵੀ ਸਾਹਿਬ ਤੇ ਆਏ ਹੋਏ ਨੇ ਠੀਕ ਹੈ ਠੀਕ ਹੈ ਤੂੰ ਸ਼ੇਰੂ ਨੂੰ ਲੈ ਕੇ ਫਟਾਫਟ ਗੱਡੀ 'ਚ ਸਾਰਾ ਖਾਣ ਪੀਣ ਦਾ ਸਮਾਨ ਲੈ ਕੇ ਫਟਾਫਟ ਅੱਛਾ ਜੀ ਚਲ ਆ ਸ਼ੇਰੂ ਮੌਲਵੀ ਸਾਹਿਬ ਖੋਲੋ ਖਾਤੇ ਅਤੇ ਨਿਕਾਹ ਸ਼ੁਰੂ ਕਰੋ ਤੁਹਾਡੇ 'ਚੋਂ ਕਿਸੇ ਹੋਰ ਨੇ ਤਾਂ ਨਹੀਂ ਆਉਣਾ ਉਹ ਨਹੀਂ ਮੌਲਵੀ ਸਾਹਿਬ ਚਾਰ ਗਵਾਹ ਲਾੜਾ ਲਾੜੀ ਅਤੇ ਬਸ ਕੁੜੀ ਕੋਲੋਂ ਇਜਾਜ਼ਤ ਲੈ ਆਓ ਨਾ ਹਾਂਜੀ ਇਜਾਜ਼ਤ ਹੈ ਨਿਕਾਹ ਸ਼ੁਰੂ ਕਰੀਏ ਬੋਲੋ ਨਾ ਨਿਕਾਹ ਸ਼ੁਰੂ ਕਰੀਏ ਜੀ ਮੇਰੀ ਭੈਣ ਦੀਆਂ ਖੁਸ਼ੀਆਂ ਰੋਲਣ ਵਾਸਤੇ ਆ ਗਏ ਰੋਸ਼ਨ ਚਾਹ ਫਾਇਰ ਰੋਕੋ ਫਾਇਰ ਰੋਕੋ ਰੋਕ ਫਾਇਰ ਪਹਿਲੇ ਇਹਨਾਂ ਨਾਲ ਗੱਲ ਕਰਨ ਦੇ ਜ਼ਿੱਲੇ ਸ਼ਾਹ ਮੈਂ ਵੇਖਣਾ ਤੁਸੀਂ ਨਿਕਾਹ ਪੜਾਓ ਮੌਲਵੀ ਸਾਹਿਬ ਮੈਂ ਵੇਖਣਾ ਨਿਕਾਹ ਸ਼ੁਰੂ ਕਰ ਮੌਲਵੀ ਸੁਣਿਆ ਨਹੀਂ ਨਿਕਾਹ ਸ਼ੁਰੂ ਕਰ ਜੱਜ ਨਿਕਾਹ ਹੋ ਗਿਆ ਤੇ ਸਾਡੀ ਭੈਣ ਦੇ ਸਿਰ ਤੇ ਇੱਕ ਮਰਾਸਣ ਬਹਿ ਜਾਏਗੀ ਭਾਈ ਇਹਦੀ ਗੱਲ ਵੱਡੀ ਹੈ ਸ਼ਾਹ ਜੀ ਜੇ ਇਸ ਤਰ੍ਹਾਂ ਹੋ ਗਿਆ ਤੇ ਸ਼ਹੀਦਾਂ ਦੀ ਇੱਜ਼ਤ ਖਾਕ 'ਚ ਮਿਲ ਜਾਵੇਗੀ ਔਜ਼ ਬਿੱਲਾਹ ਮਿਨ ਸ਼ੈਤਾਨ ਰਜੀਮ ਬਿਸਮਿਲ੍ਲਾਹ ਰਹਿਮਾਨ ਰਹੀਮ ਭੈਣ ਦੀ ਖੁਸ਼ੀਆਂ ਲਈ ਭਰਾ ਦਾ ਕਤਲ ਮਾਫ ਕੀਤਾ ਜੇ ਉਸ ਭੈਣ ਨੇ ਸੁਖੀ ਨਹੀਂ ਰਹਿਣਾ ਤੇ ਅੱਜ ਜ਼ਿਲ੍ਹੇ ਸ਼ਾਹ ਵੀ ਨਹੀਂ ਰਹੇਗਾ ਪਿੱਛੇ ਜਾ ਰੋਸ਼ਨ ਸ਼ਾਹ ਫਾਇਰ ਰੋਕ ਦੇ ਲਾ ਇਲਾਹਾ ਇਲਲਲਾਹ ਮੁਹੰਮਦੁਰ ਰਸੂਲੁਲਲਾਹ ਕੌਮ ਕਲਮਾ ਸ਼ਹਾਦਤ ਨਿਕਾਹ ਰੁਕਣਾ ਨਹੀਂ ਚਾਹੀਦਾ ਮੌਲਵੀ ਸਾਹਿਬ ਓਏ ਕੋਈ ਨਾ ਕੋਈ ਮਰ ਜਾਏਗਾ ਕੋਈ ਕਿਉਂ ਅਸੀਂ ਮਾਰਨ ਨਹੀਂ ਜ਼ਿਲ੍ਹਾ ਸ਼ਾਹ ਨੂੰ ਆਇਆ ਓਏ ਫੇਰ ਜਦੋਂ ਤੱਕ ਮੇਰੇ ਸਾਥ ਹਿੱਸਾ ਨੇ ਓਏ ਮੇਰੇ ਯਾਰ ਵਰ ਕੋਈ ਨਹੀਂ ਵੇਖ ਸਕਦਾ ਅੱਲਾਹ ਵਲਾ ਹੌਲਾ ਵਲਾ ਕੁਵਤਾ ਇਲਾ ਬਿੱਲਾ ਹਿਲ ਅਲੀ ਅਲੀ ਮੌਲਵੀ ਸਾਹਿਬ ਪੜ੍ਹਦੇ ਰਹੋ ਸ਼ੇਰ ਖਾਨ ਫਿਕਰ ਨਾ ਕਰ ਵਲੀ ਅੱਗੇ ਕੋਈ ਨਹੀਂ ਵਧੇਗਾ ਹਲਾਲੀਅਤ ਜ਼ੌਜੀਅਤ ਸ਼ਰੀਅਤ ਮੁਹੰਮਦੀ ਦੇ ਵਿੱਚ ਤੁਹਾਡਾ ਨਿਕਾਹ ਸਾਰਾ ਉਰਫ
ਤਾਰੀ ਬਲ ਕਰਮ ਦੀਨ ਦੀ ਲੜਕੀ ਦੇ ਨਾਲ ਕੀਤਾ ਜਾਂਦਾ ਹੈ। ਤੁਹਾਨੂੰ ਇਹ ਨਿਕਾਹ ਕਬੂਲ ਹੈ? ਕਬੂਲ ਹੈ। ਇਹ ਨਿਕਾਹ ਤੁਹਾਨੂੰ ਕਬੂਲ ਹੈ? ਕਬੂਲ ਹੈ। ਤੁਹਾਨੂੰ ਇਹ ਨਿਕਾਹ ਕਬੂਲ ਹੈ? ਨਿਕਾਹ ਤੁਹਾਨੂੰ ਕਬੂਲ ਹੈ? ਕਬੂਲ ਹੈ। ਮੌਲਵੀ ਸਾਹਿਬ ਤੁਸੀਂ ਨਿਕਾਹ ਮੁਕੰਮਲ ਕਰਾਓ। ਹਲਾਲੀਏ ਤੇ ਜ਼ੌਜੀਏ ਤੇ ਸ਼ਰੀਏ ਤੇ ਮੁਹੰਮਦੀ ਦੇ ਵਿੱਚ ਤੁਹਾਡਾ ਨਿਕਾਹ ਜ਼ਿਲ੍ਹੇ ਸ਼ਾਹ ਵਲਦ ਮੁਹੰਮਦ ਸ਼ਾਹ ਬਰੂਬਰੂ ਚਾਰ ਗਵਾਹਾਂ ਦੇ ਬੇਵਜ਼ੇ ਹੱਕ ਮੈਂ ਸ਼ਰੀ ਤੁਹਾਡੇ ਨਾਲ ਇਹ ਨਿਕਾਹ ਕੀਤਾ ਜਾਂਦਾ ਹੈ। ਕਿਆ ਇਹ ਨਿਕਾਹ ਤੁਹਾਨੂੰ ਕਬੂਲ ਹੈ? ਕਬੂਲ ਹੈ। ਇਹ ਤੁਹਾਨੂੰ ਨਿਕਾਹ ਕਬੂਲ ਹੈ? ਕਬੂਲ ਹੈ। ਇਹ ਤੁਹਾਨੂੰ ਨਿਕਾਹ ਕਬੂਲ ਹੈ? ਕਬੂਲ ਹੈ। ਨਿਕਾਹ ਹੋ ਗਿਆ। ਸ਼ੁਕਰ ਅਲਹਮਦੁਲਿਲਾਹ। ਨਿਸ਼ਾਨ ਬਣਾ ਰਹੇ ਹਾਂ। ਬਸ ਸ਼ਾਹ ਜੀ ਬਸ।
ਇਹਨੂੰ ਹਸਪਤਾਲ ਲੈ ਚਲੋ ਜੀ, ਮੇਰੇ ਦਿਲ ਨੂੰ ਸਾਹ ਆ ਰਹੇ ਨੇ, ਇਹਨੂੰ ਹਸਪਤਾਲ ਲੈ ਚਲੋ, ਇਹਨੂੰ ਹਸਪਤਾਲ ਲੈ ਚਲੋ। ਸਾਡੀ ਜ਼ਮਾਨਤ ਹੋਵੇ ਨਾ ਹੋਵੇ, ਪਰ ਕੱਲ੍ਹ ਦਾ ਸੂਰਜ ਉਸ ਮਰਾਸਮ ਦੇ ਘਰ ਦੀ ਤਬਾਹੀ ਨਾਲ ਚੜ੍ਹਨਾ ਚਾਹੀਦਾ ਹੈ। ਮਿੱਟੀ ਚੜਾਉਂਦੇ ਉਹਦੀ ਹਰ ਚੀਜ਼। Thank you.
चलता रे। चलिए तारी, तारी, देख रोने खड़ी पल दे परों।